ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਸੋਚ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਮੇਰਾ ਨਾਮ ਹੈ ਜਸਮੀਤ ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਰਾਂਗੇ ਦੋ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਜੋ ਇੰਡੀਆ ਤੋਂ ਕੈਨੇਡਾ ਆਪਣੇ ਸਟੱਡੀਜ਼ ਕਰਨ ਲਈ ਇੱਥੇ ਆਏ ਸੀ ਸ਼ਾਇਦ ਤੁਸੀਂ ਕਈ ਦਫ਼ਾ ਤੋਂ ਸੁਣਿਆ ਹੋਵੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਬਹੁਤ ਹੀ ਨੈਗੇਟਿਵ ਸਟੀਰੀਓਟਾਈਪ ਬਣ ਰਿਹਾ ਆ ਇਹਨਾਂ ਨੂੰ ਅਸੀਂ ਕਾਫੀ ਚੀਜ਼ਾਂ ਲਈ ਬਲੇਮ ਕਰਦੇ ਹਾਂ ਜੇ ਉਹ ਵਾਇਲੈਂਸ ਹੋਵੇ ਡਰੱਗਸ ਐਲਕੋਹੋਲ ਸਟਰੀਟ ਕਾਰ ਰੇਸਿੰਗ ਤੇ ਸਾਡੇ ਹਿਸਾਬ ਨਾਲ ਇਹ ਬਹੁਤ ਇੱਕ ਗਲਤ ਗੱਲ ਆ ਕਿ ਅਸੀਂ ਸਿਰਫ ਇੱਕ ਗਰੁੱਪ ਨੂੰ ਬਲੇਮ ਕਰਦੇ ਹਾਂ ਜਦ ਇਹ ਸਾਰੀਆਂ ਚੀਜ਼ਾਂ ਸਾਡੇ ਪੂਰੇ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਹੋ ਰਹੀਆਂ ਆ ਸੋ ਅੱਜ ਦੇ ਡਿਸਕਸ਼ਨ ਵਿੱਚ ਅਸੀਂ ਸਾਡੇ ਦੋ ਗੈਸਟ ਦੇ ਨਾਲ ਗੱਲ ਕਰਾਂਗੇ ਤੇ ਉਹ ਸਾਨੂੰ ਦੱਸਣਗੇ ਕਿ ਉਹਨਾਂ ਦਾ ਐਕਸਪੀਰੀਅੰਸ ਕੀ ਰਿਹਾ ਆ ਜਦੋਂ ਇੰਡੀਆ ਛੱਡ ਕੇ ਇੱਕ ਨਏ ਦੇਸ਼ ਦੇ ਵਿੱਚ ਆਉਂਦੇ ਆ ਤੇ ਉਹਨਾਂ ਦੀ ਆਪਦੀ ਕਮਿਊਨਿਟੀ ਇੱਕ ਨੈਗੇਟਿਵ ਸਟੀਰੀਓਟਾਈਪ ਬਿਲਡ ਕਰਦੀ ਆ ਉਹਨਾਂ ਦੇ ਖਿਲਾਫ਼ ਤੇ ਉਹਦਾ ਅਸਰ ਇਹਨਾਂ ਦੀ ਮਾਨਸਿਕ ਸਿਹਤ ਤੇ ਕਿਸ ਤਰੀਕਿਆਂ ਦੇ ਨਾਲ ਪੈਂਦਾ ਆ ਤੇ ਅੱਗੇ ਜਾ ਕੇ ਅਸੀਂ ਇਸ ਸਟੀਰੀਓਟਾਈਪ ਨੂੰ ਕਿਸ ਤਰ੍ਹਾਂ ਚੇਂਜ ਕਰ ਸਕਦੇ ਹਾਂ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਮੈਂਟਲ ਹੈਲਥ ਨੂੰ ਕਿਸ ਤਰੀਕਿਆਂ ਦੇ ਨਾਲ ਸਪੋਰਟ ਦੇ ਸਕਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਜਸਮੀਤ ਨੇ ਅੱਜ ਸ਼ੇਅਰ ਕੀਤਾ ਸਾਡਾ ਅੱਜ ਦਾ ਫੋਕਸ ਹੈਗਾ ਆ ਸਾਰਿਆਂ ਦੀ ਜਿਹੜੀ ਸੋਚ ਹੈਗੀ ਆ ਇੰਟਰਨੈਸ਼ਨਲ ਸਟੂਡੈਂਟਸ ਵੱਲ ਕਿ ਉਹ ਆਪਾਂ ਪਹਿਲਾਂ ਬਦਲੀਏ ਤੇ ਉਹਨਾਂ ਨੂੰ ਸਮਝੀਏ ਬਿਕਾਜ਼ ਆਪਦੀ ਕੰਟਰੀ ਛੱਡ ਕੇ ਕਿਤੇ ਹੋਰ ਆਉਣਾ ਪੜ੍ਹਨ ਲਈ ਬਹੁਤ ਡਿਫੀਕਲਟ ਹੈਗਾ ਆ ਐਂਡ ਈਵਨ ਮੇਰੇ ਲਈ ਹੁਣ ਮੈਂ ਵੀ ਇੰਟਰਨੈਸ਼ਨਲ ਪਲੇਸਮੈਂਟ ਕੀਤੀ ਸੀਗੀ ਸਾਊਦਰਨ ਇੰਡੀਆ ਦੇ ਵਿੱਚ ਮੈਂ ਇੱਥੋਂ ਕੈਨੇਡਾ ਜਾ ਕੇ ਉੱਥੇ ਜਿਹੜੇ 4 ਮਹੀਨੇ ਸਪੈਂਡ ਕੀਤੇ ਸੀਗੇ ਸਾਊਥ ਦੇ ਵਿੱਚ ਜਿੱਥੇ ਮੈਨੂੰ ਪਹਿਲਾਂ ਲੱਗਿਆ ਸੀਗਾ ਸ਼ਾਇਦ ਸਾਰੇ ਪੰਜਾਬੀ ਬੋਲੀ ਸਮਝਣਗੇ ਪਰ ਸਮਝੇ ਨਹੀਂ ਬਹੁਤ ਹਾਰਡ ਹੁੰਦਾ ਤੇ ਮੈਂ ਸਿਰਫ ਉੱਥੇ 4 ਮਹੀਨੇ ਲਈ ਸੀਗੀ ਐਂਡ ਹੁਣ ਜਿਵੇਂ ਅਸੀਂ ਮੈਂਟਲ ਹੈਲਥ ਦੇ ਵਿੱਚ ਕੰਮ ਕਰਦੇ ਹਾਂ ਆਪਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਸਾਰਿਆਂ ਕੋਲ ਮਾਨਸਿਕ ਸਿਹਤ ਹੁੰਦੀ ਆ ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਸੋ ਅੱਜ ਅਸੀਂ ਦੋਨੇ ਜਸਪ੍ਰੀਤ ਸਿੰਘ ਐਂਡ ਜਸਪ੍ਰੀਤ ਕੌਰ ਦੋਨਾਂ ਨੂੰ ਵੈਲਕਮ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਟਾਈਮ ਕੱਢ ਕੇ ਹਿੰਮਤ ਲੈ ਕੇ ਸਾਡੇ ਨਾਲ ਕਨਵਰਸੇਸ਼ਨ ਜੁਆਇਨ ਕਰ ਰਹੇ ਹੋ ਬਿਕਾਜ਼ ਇਹ ਮਾਈਨੋਰਿਟੀ ਗਰੁੱਪ ਦੇ ਵਿੱਚ ਆਉਣਾ ਤੇ ਆਪਦੇ ਕਮਿਊਨਿਟੀ ਲਈ ਬੋਲਣਾ ਇਹ ਬਹੁਤ ਹਾਰਡ ਗੱਲ ਹੁੰਦੀ ਆ ਸੋ ਅਸੀਂ ਤੁਹਾਨੂੰ ਸਿੰਸੀਅਰਲੀ ਥੈਂਕ ਯੂ ਕਰਨਾ ਚਾਹੁੰਦੇ ਹਾਂ ਸੋ ਜੇ ਆਪਾਂ ਪਹਿਲਾਂ ਸ਼ੁਰੂ ਕਰਾਂਗੇ ਜਸਪ੍ਰੀਤ ਸਿੰਘ ਦੇ ਨਾਲ ਤੁਸੀਂ ਪਲੀਜ਼ ਸਾਨੂੰ ਸਾਡੇ ਵਿਊਅਰਸ ਨੂੰ ਥੋੜ੍ਹਾ ਬਹੁਤਾ ਆਪਦੇ ਬਾਰੇ ਦੱਸੋ ਆਪਦੀ ਕਹਾਣੀ ਬਾਰੇ ਦੱਸੋ ਤੁਸੀਂ ਇੱਥੇ ਕਦੋਂ ਆਏ ਤੇ ਅੱਜ ਕੱਲ੍ਹ ਤੁਸੀਂ ਕੈਨੇਡਾ ਦੇ ਵਿੱਚ ਕੀ ਕੰਮ ਕਰ ਰਹੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬੈਕ ਇਨ 2015 ਦੇ ਵਿੱਚ ਆਇਆ ਸੀਗਾ ਇੱਥੇ ਕੈਰਨ ਕਾਲਜ ਸੀਗਾ ਮੇਰਾ ਇਲੈਕਟ੍ਰੋ ਮਕੈਨੀਕਲ ਇੰਜੀਨੀਅਰਿੰਗ ਦਾ ਕੋਰਸ ਸੀਗਾ ਤੇ ਇਸ ਵੇਲੇ ਮੈਂ ਵਰਕ ਪਰਮਿਟ ਤੇ ਹਾਂ ਤੇ ਆਪਾਂ ਆਪਣੀ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ 2017 ਦੇ ਵਿੱਚ ਸ਼ੁਰੂ ਕੀਤੀ ਸੀਗੀ ਸਭ ਨੂੰ ਪਹਿਲਾਂ ਆਪਾਂ ਸੋਸ਼ਲ ਈਵੈਂਟਸ ਤੋਂ ਸ਼ੁਰੂ ਕੀਤਾ ਸੀਗਾ ਪਰ ਅਸੀਂ ਉਸ ਤੋਂ ਬਾਅਦ ਦੇਖਿਆ ਕਿ ਹੋਰ ਕਾਫੀ ਜ਼ਿਆਦਾ ਕੰਮ ਕਰਨ ਵਾਲੇ ਆ ਤੇ ਉਸ ਹਿਸਾਬ ਨਾਲ ਫਿਰ ਆਪਾਂ ਉਦੋਂ ਦੇ ਤੁਰਦੇ ਗਏ ਤੇ ਅੱਜ ਹੁਣ ਫਿਰ ਆਪਾਂ ਤੱਕ ਪਹੁੰਚੇ ਹਾਂ ਤੇ Thank you. And Jaspreet Kaur, tusi vi sanu sade bare dasso, assi sare Brampton cho gal kar rahe haan, tusi kithe hege ho Canada de vich, and tusi pehla itthe kadon aaye? Vaheguru ji ka khalsa, Vaheguru ji ki fateh. Main itthe Canada 2018 de vich aayi sigi. Ek course main London, Ontario laya, Fanshawe College, te hun main masters kardi payi apni social studies de vich, University of Regina, Saskatchewan. Te ਮੈਂ ਆਈ ਸੀਗੀ 2019 ਮਤਲਬ ਲਾਸਟ ਸਪਟੈਂਬਰ ਤੇ ਇੱਥੇ ਮੈਂ ਜਿਹੜਾ ਸਾਡਾ ਮੇਨ ਫੋਕਸ ਹੈ ਸਿੱਖ ਸਟੂਡੈਂਟ ਐਸੋਸੀਏਸ਼ਨ ਆ ਸਾਡੀ ਤੇ ਸਾਡਾ ਮੇਨ ਫੋਕਸ ਆ ਕਿ ਆਪਣੇ ਯੂਥ ਨੂੰ ਸਿੱਖੀ ਗੁਰਸਿੱਖੀ ਵੱਲ ਨੂੰ ਲਾਉਣਾ ਤੇ ਹੋਰ ਜਿਹੜੀਆਂ ਕਮਿਊਨਿਟੀਜ਼ ਆ ਕਿਉਂਕਿ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਹੁੰਦਾ ਆਪਣੇ ਫੇਥ ਸਿੱਖ ਫੇਥ ਬਾਰੇ ਦੱਸਣਾ Oh, that's amazing. Jidda Maneet keh rahe sige, assi sare Brampton de vich baithe haan, tusi inni dur, you know, Regina de vich. And because tusi thodi discrimination bare gal kiti, shayad tusi ede te thoda hor elaborate kar sakde haan, kyunki assi GTA de vich hege haan. So itthe jehdi Punjabi community aa, kaafi batheri hegi aa, kinne chir di established hoi aa. Tusi saanu dass sakde ki jithe tusi reh rahe haan, utthe Punjabi community ya Sikh community kinni hegi aa, ohda experience kis tarah ਸਾਰੀ ਤੇ
ਤਾਂ ਇੱਥੇ ਜ਼ਿਆਦਾ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ, ਬਟ ਅਸੀਂ ਤਾਂ ਵੀ ਫੋਕਸ ਕਰਦੇ ਹਾਂ ਸਾਡੀ SSA ਕਿ ਅਸੀਂ ਆਪਣੇ ਸਿੱਖ ਫੇਥ ਬਾਰੇ ਦੱਸੀਏ। ਤੇ ਹਾਂਜੀ, ਲੰਡਨ ਜਿੱਥੇ ਵਾਈਟ ਪਾਪੂਲੇਸ਼ਨ ਜ਼ਿਆਦਾ, ਉੱਥੇ ਥੋੜ੍ਹਾ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦਾ, ਸਪੈਸੀਫਿਕਲੀ ਗਰਲਸ ਨਾਲ। ਮੈਨੂੰ ਲੱਗਦਾ ਕਿ ਅਸੀਂ ਮੁਸਲਿਮ ਪੀਪਲ ਹਾਂ, ਅਤੇ ਥੋੜ੍ਹਾ ਉੱਧਰ ਜ਼ਿਆਦਾ ਹੁੰਦਾ ਡਿਸਕ੍ਰਿਮੀਨੇਸ਼ਨ। ਅਤੇ ਸਭ ਤੋਂ ਨਿਰਾਸ਼ਾਜਨਕ ਗੱਲ ਇਹ ਹੈ ਕਿ ਸਾਡੀ ਆਪਣੀ ਜਿਹੜੀ ਸਿੱਖ ਕਮਿਊਨਿਟੀ ਆ, ਉਹ ਜ਼ਿਆਦਾ ਤੁਹਾਨੂੰ ਤੁਹਾਡੀ ਹੈਲਪ ਨਹੀਂ ਕਰਦੀ ਹੈਗੀ। ਮੈਨੂੰ ਲੱਗਦਾ ਕਿ ਸਾਡੇ ਜਿਹੜੇ ਦੋ ਇੰਸਟੀਟਿਊਸ਼ਨਸ ਆ ਜਿਹੜੇ ਸਾਡੀ ਹੈਲਪ ਕਰ ਸਕਦੇ ਆ ਇੰਟਰਨੈਸ਼ਨਲ ਸਟੂਡੈਂਟਸ ਦੀ, ਜਾਂ ਫਿਰ ਇੱਕ ਤਾਂ ਆਪਣਾ ਐਜੂਕੇਸ਼ਨਲ ਇੰਸਟੀਟਿਊਸ਼ਨ ਹੋ ਗਿਆ, ਇੱਕ ਜੇ ਦੇਖੀਏ ਤਾਂ ਆਪਣਾ ਜਿਹੜਾ ਗੁਰਦੁਆਰਾ ਸਾਹਿਬ, ਉੱਥੇ ਅਸੀਂ ਕੁਛ ਇਸ ਤਰ੍ਹਾਂ ਐਸਟੈਬਲਿਸ਼ ਕਰ ਸਕਦੇ ਹਾਂ ਕਿ ਉਹ ਹੈਲਪ, ਕਿ ਬੱਚਿਆਂ ਨੂੰ ਜੇ ਕਦੇ ਕੋਈ ਲੋੜ ਪਵੇ ਤਾਂ ਉਹਨਾਂ ਨੂੰ ਹੋਵੇ ਕਿ ਸਾਡਾ ਕੋਈ ਹੈਗਾ ਹੈ ਕਿ ਜਿਹਨੂੰ ਅਸੀਂ ਗੱਲ ਕਰ ਸਕੀਏ, ਕਿਉਂਕਿ ਸਾਰਿਆਂ ਦੇ ਰਿਲੇਟਿਵ ਨਹੀਂ ਹੁੰਦੇ ਹੈਗੇ, ਸਾਰਿਆਂ ਦਾ ਫਰੈਂਡ ਸਰਕਲ ਨਹੀਂ ਹੁੰਦਾ ਹੈਗਾ। ਸੋ ਜਦ ਤੁਸੀਂ ਕਿਹਾ ਕਿ ਸਾਡੀ ਕਮਿਊਨਿਟੀ ਇੰਟਰਨੈਸ਼ਨਲ ਸਟੂਡੈਂਟਸ ਦੀ ਹੈਲਪ ਨਹੀਂ ਕਰਦੀ, ਇਧਰ ਤੁਸੀਂ ਆਨਸਰ ਦੇ ਸਕਦੇ ਆ ਜਾਂ ਜਸਪ੍ਰੀਤ ਸਿੰਘ ਤੁਸੀਂ ਵੀ ਯੂ ਕੈਨ ਚਾਈਮ ਇਨ ਟੂ ਦ ਕਨਵਰਸੇਸ਼ਨ। ਤੁਹਾਡੇ ਕੋਈ ਐਗਜ਼ਾਮਪਲ ਹੈ ਕਿ ਇਹਦਾ ਕੀ ਮਤਲਬ ਕਿ ਸਾਡੀ ਕਮਿਊਨਿਟੀ ਨਹੀਂ ਹੈਲਪ ਕਰਦੀ? ਕੋਈ ਸਪੈਸੀਫਿਕ ਸਟੋਰੀ ਹੈਗੀ ਆ ਕਿ ਜਿੱਥੇ ਇਧਰ ਤੁਹਾਨੂੰ ਜਾਂ ਤੁਹਾਡੇ ਕੋਈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਫਰੈਂਡਸ ਹੈਗੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਤੇ ਕਮਿਊਨਿਟੀ ਨੇ ਹੈਲਪ ਨਹੀਂ ਕੀਤੀ? ਹਾਂਜੀ, ਦਰਅਸਲ ਮੈਨੂੰ ਲੱਗਦਾ ਜਿਵੇਂ ਭੈਣ ਜੀ ਹੁਣਾਂ ਨੇ ਆਹ ਲੰਡਨ ਓਨਟਾਰੀਓ ਦੀ ਗੱਲ ਕੀਤੀ, ਉੱਥੇ ਬਾਰੇ ਤਾਂ ਮੈਨੂੰ ਪਤਾ ਨਹੀਂ, ਪਰ ਜਿੱਦਾਂ ਹੁਣ ਇੱਥੇ ਓਸ਼ਵਾ ਦੇ ਵਿੱਚ ਇੱਕ ਦੋ ਕਾਲਜ ਹੈਗੇ ਆਪਣੇ, ਉੱਥੇ ਵੀ ਆਪਣੀ ਕਮਿਊਨਿਟੀ ਜ਼ਿਆਦਾ ਸਟਰੋਂਗ ਨਹੀਂ ਹੈ, ਪਰ ਜਿੰਨੀਆਂ ਵੀ ਦੋ ਚਾਰ ਫੈਮਿਲੀਜ਼ ਹੈਗੀਆਂ ਉਹ ਕਾਫ਼ੀ ਸਪੋਰਟ ਕਰਦੀਆਂ ਇੰਟਰਨੈਸ਼ਨਲ ਸਟੂਡੈਂਟ ਨੂੰ, ਚਾਹੇ ਉਹਨਾਂ ਦੇ ਈਵੈਂਟਸ ਹੋਣ ਜਾਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਫੇਸ ਹੁੰਦੀ ਆ ਉਹਨਾਂ ਦੇ ਤੱਕ ਰੀਚ ਆਊਟ ਕਰਦੇ, ਉਹਨਾਂ ਦੀ ਹੈਲਪ ਕਰਦੇ ਆ। ਤੇ ਪਰ ਜਿੱਦਾਂ ਹੁਣ GT ਦੇ ਵਿੱਚ ਤਾਂ ਹੁਣ ਸਾਨੂੰ ਪਤਾ ਹੈ, ਇੱਥੋਂ ਤਾਂ ਚਾਹੇ ਉਹ ਗੁਰਦੁਆਰਾ ਸਾਹਿਬਾਨ ਨੇ ਜਾਂ ਹੋਰ ਵੀ ਜਿੰਨੀਆਂ ਵੀ ਔਰਗਨਾਈਜੇਸ਼ਨਸ ਨੇ, ਉਹ ਕਾਫ਼ੀ ਹੈਲਪ ਕਰਦੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ। ਪਰ ਆਹ ਜਿਹੜੀ ਆਹ ਭੈਣ ਜੀ ਹੁਣਾਂ ਨੇ ਗੱਲ ਦੱਸੀ ਆ, ਮੈਨੂੰ ਲੱਗਦਾ ਸ਼ਾਇਦ ਇਹਦਾ ਕਾਰਨ ਇਹੀ ਆ, ਹੋ ਸਕਦਾ ਲੰਡਨ ਦੇ ਵਿੱਚ ਕਮਿਊਨਿਟੀ ਆਪਣੀ ਸਟਰੋਂਗ ਨਹੀਂ ਹੈਗੀ, ਤੇ ਜੇ ਉਹ ਹੈਗੇ ਵੀ ਨੇ ਤਾਂ ਉਹ ਮਤਲਬ ਸਪਰੈਡ ਹੋਏ ਹੋਏ ਆ ਇੱਕ ਥਾਂ ਤੇ, ਉਹਨਾਂ ਦਾ ਮਤਲਬ ਇਕੱਠ ਨਹੀਂ ਹੈਗਾ, ਉਹ ਇਕੱਠੇ ਨਹੀਂ ਹੁੰਦੇ ਸ਼ਾਇਦ, ਇਸ ਕਰਕੇ ਉਹਨਾਂ ਦੇ ਮਤਲਬ ਉਹਨਾਂ ਦੇ ਖਿਆਲ ਦੇ ਵਿੱਚ ਕੋਈ ਪ੍ਰੋਬਲਮਸ ਹੁੰਦੀਆਂ ਵੀ ਹੋਣਗੀਆਂ ਇੰਟਰਨੈਸ਼ਨਲ ਸਟੂਡੈਂਟ ਦੀਆਂ, ਪਰ ਉਹਨਾਂ ਨੂੰ ਸੋਰਟ ਆਊਟ ਨਹੀਂ ਕਰ ਸਕਦੇ ਕਿਉਂਕਿ ਸ਼ਾਇਦ ਉੱਥੇ ਗੁਰਦੁਆਰਾ ਸਾਹਿਬਾਨ ਦੀ ਅਣਹੋਂਦ ਦਾ ਜਾਂ ਕੋਈ ਉੱਥੇ ਕੋਈ ਇੰਸਟੀਟਿਊਸ਼ਨ ਦੀ ਅਣਹੋਂਦ ਦਾ ਜਿੱਥੇ ਬਹਿ ਕੇ ਉਹ ਗੱਲਬਾਤ ਕਰ ਸਕਣ। ਪਰ ਅਦਰਵਾਈਜ਼ ਕਮਿਊਨਿਟੀ ਕਾਫ਼ੀ ਸਪੋਰਟਿਵ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ, ਕੁਝ ਕੁ ਲੋਕਾਂ ਨੂੰ ਛੱਡ ਕੇ। ਹਾਂਜੀ, ਮਿਕਸ ਪਾਪੂਲੇਸ਼ਨ ਹੁੰਦੀ ਆ, ਬਹੁਤ ਜ਼ਿਆਦਾ ਹੈਲਪ ਸਾਨੂੰ ਵਧੀਆ ਵੀ ਮਿਲਦੇ ਆ ਥੋੜ੍ਹੇ ਜਿਹੇ, ਜਿਵੇਂ ਮੈਂ ਫਸਟ ਟਾਈਮ ਜਦੋਂ ਮੈਂ ਟੋਰਾਂਟੋ ਆਈ ਸੀਗੀ, ਤੇ ਜਦੋਂ ਇੱਕ ਪੰਜਾਬ ਦੇ ਵਿੱਚ ਹੁੰਦਾ ਕਿ ਸਾਡਾ ਬਣਿਆ ਹੁੰਦਾ ਕਿ ਸਮਾਈਲ ਕਰਦੇ ਹਾਂ ਐਲਡਰਸ ਨੂੰ ਆਪਣੇ, ਤੇ ਅਸੀਂ ਫਤਿਹ ਬੁਲਾਉਂਦੇ ਹਾਂ, ਅਸੀਂ ਐਟਲੀਸਟ ਅਸੀਂ ਸਮਾਈਲ ਕਰਦੇ ਹਾਂ। ਜਦੋਂ ਮੇਰਾ ਰਿਐਕਸ਼ਨ ਸੀਗਾ, ਮੈਨੂੰ ਐਵੇਂ ਸੀਗਾ ਕਿ ਇਹ ਸਾਡੇ ਹੀ ਲੋਕ ਨੇ, ਜਿਵੇਂ ਮੈਂ ਸਮਾਈਲ ਕਰਦੀ ਸੀਗੀ ਤਾਂ ਉਹ ਪਤਾ ਨਹੀਂ, ਉਹ ਸ਼ਾਇਦ ਆਈ ਥਿੰਕ ਡਿਪਰੈਸ਼ਨ ਜਾਂ ਤੁਹਾਡੇ ਇੱਥੇ ਸਾਡੀ ਸੋਸਾਇਟੀ ਇਹੋ ਜਿਹੀ ਬਣ ਜਾਂਦੀ, ਉਹ ਇੱਧਰ ਨੂੰ ਮੂੰਹ ਘੁਮਾ ਲਾਉਂਦੇ ਹੁੰਦੇ ਸੀਗੇ। ਫਿਰ ਮੈਨੂੰ ਹੌਲੀ ਹੌਲੀ ਪਤਾ ਚੱਲਿਆ ਕਿ ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਰਵੱਈਆ ਹੈ ਕਿ ਉਹ ਥੋੜ੍ਹਾ, ਹਰੇਕ ਲੋਕ ਸਹੀ ਨਹੀਂ ਹੁੰਦੇ, ਹਰੇਕ ਲੋਕ ਗਲਤ ਨਹੀਂ ਹੁੰਦੇ, ਉਹ ਆਪਣੀ ਜਗ੍ਹਾ ਸਹੀ ਨੇ, ਕਿਉਂਕਿ ਉੱਥੇ ਜਿਵੇਂ ਬੱਚੇ ਥੋੜੇ ਇੰਟਰਨੈਸ਼ਨਲ ਸਟੂਡੈਂਟਸ ਆ ਜਿਹੜੇ ਥੋੜਾ ਰਕਸ ਕ੍ਰੀਏਟ ਕਰਦੇ ਆ, ਸਪੈਸ਼ਲੀ ਜਿਵੇਂ ਮੁੰਡੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਹੀ ਆ। ਤੇ ਹਾਂ, ਸਾਰੇ ਗਲਤ ਵੀ ਨਹੀਂ ਹੁੰਦੇ ਹੈਗੇ, ਸਾਰੇ ਸਹੀ ਵੀ ਨਹੀਂ ਹੁੰਦੇ ਹੈਗੇ, ਸੋਸਾਇਟੀ ਦੇ ਵਿੱਚ ਹਰੇਕ ਤਰ੍ਹਾਂ ਦੇ ਲੋਕ ਹੁੰਦੇ ਆ। ਐਂਡ ਇਹ ਆਈ ਥਿੰਕ ਸਾਰੇ ਕਮਿਊਨਿਟੀ ਦੇ ਵਿੱਚ ਹੁੰਦਾ ਆ, ਕੱਲੀ ਪੰਜਾਬੀ ਕਮਿਊਨਿਟੀ ਦੇ ਵਿੱਚ ਨਹੀਂ, ਹੋਰ ਵੀ ਬਥੇਰੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਆ ਦੂਜੇ ਕਮਿਊਨਿਟੀਜ਼ ਦੇ ਨਾਲ। ਪਰ ਅੱਜ ਦਾ ਜਿਹੜਾ ਫੋਕਸ ਹੈਗਾ ਤੇ ਜਿਹੜੀ ਅੱਜ ਦੀ ਕਨਵਰਸੇਸ਼ਨ ਸਪੈਸੀਫਿਕਲੀ ਸੋਚ ਥਰੂ ਜਿਹੜਾ ਸ਼ੇਰਡਨ ਕਾਲਜ ਹੈਗਾ ਆ ਬ੍ਰੈਂਪਟਨ ਦੇ ਵਿੱਚ, ਉਹ ਫੈਕਲਟੀ ਨੇ ਸਟਾਫ ਨੇ ਸਾਨੂੰ ਰੀਚ ਆਊਟ ਕੀਤਾ ਮਦਦ ਲਈ, ਬਿਕੋਜ਼ ਉਹਨਾਂ ਨੂੰ ਇਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਕਾਫੀ ਚੈਲੰਜਸ ਦਿਖ ਰਹੇ ਆ ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਅਸੀਂ ਉਹਨਾਂ ਦੀ ਕਿਵੇਂ ਮਦਦ ਕਰੀਏ। ਜਿਵੇਂ ਤੁਸੀਂ ਕਾਮੈਂਟ ਬਣਾਇਆ ਗੁਰਦੁਆਰਿਆਂ ਦਾ, ਰਾਈਟ, ਆਈ ਥਿੰਕ ਸਾਰੇ ਸੇਮ ਨਹੀਂ ਹੁੰਦੇ, ਸਾਰੇ ਗੁਰਦੁਆਰੇ ਸੇਮ ਨਹੀਂ ਹੁੰਦੇ, ਕਈ ਹੈਗੇ ਆ ਯੂ ਨੋ ਸੇਵਾਦਾਰ ਕਮਿਊਨਿਟੀ ਦੇ ਵਿੱਚ, ਚਾਹੇ ਡਿਫਰੈਂਟ ਡਿਫਰੈਂਟ ਪਲੈਟਫਾਰਮ, ਚਾਹੇ ਪੋਲੀਟਿਕਸ ਦੇ ਵਿੱਚ ਹੋਣ ਜਾਂ ਯੂ ਨੋ ਟੀਚਰਸ ਹੋਣ ਜਾਂ ਗਵਰਨਮੈਂਟ ਦੇ ਵਿੱਚ ਹੋਣ, ਜਿਹੜਾ ਉਹ ਕਰ ਸਕਦੇ ਆ ਉਹ ਕਰ ਰਹੇ ਆ। ਪਰ ਆਈ ਥਿੰਕ ਅ ਲੋਟ ਆਫ ਮਿਸਕਮਿਊਨੀਕੇਸ਼ਨ ਵੀ ਹੈਗਾ ਆ। ਸੋ ਅੱਜ ਆਪਾਂ ਪਹਿਲਾਂ ਕਨਵਰਸੇਸ਼ਨ ਜੇ ਸ਼ੁਰੂ ਕਰ ਸਕਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਮੈਂਟਲ ਹੈਲਥ ਦੇ ਕਿਹੜੇ ਕੰਸਰਨਸ ਤੁਸੀਂ ਆਪ ਦੇਖੇ ਹੋਏ ਆ, ਤੇ ਉਹਨਾਂ ਦੀ ਸਟਰਗਲ ਕੀ ਹੁੰਦੀ ਆ? So either like, you know, depression, anxiety, namme desh de vich aana, tusi like, you know, Jasprit Singh, tusi international six students,
ਐਸੋਸੀਏਸ਼ਨ ਦੇ ਨਾਲ ਕੰਮ ਕਰਦੇ ਹਾਂ ਕੈਸੇ ਸਿਚੁਏਸ਼ਨਸ ਮੈਂਟਲ ਹੈਲਥ ਦੇ ਨਾਲ ਆਉਂਦੇ ਆ ਜਿਨ੍ਹਾਂ ਦੇ ਸ਼ਾਇਦ ਤੁਸੀਂ ਇਨਵੋਲਵਮੈਂਟ ਦਿੱਤੀ ਆ ਜਾਂ ਉਹਨਾਂ ਨੂੰ ਮਦਦ ਕੀਤੀ ਹੋਈ ਆ ਹਾਂਜੀ ਜ਼ਰੂਰ ਜਦੋਂ ਇੱਕ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦਾ ਮਤਲਬ ਆਪਣਾ ਸਾਰਾ ਕੁਛ ਉਹਦੀ ਜ਼ਿੰਦਗੀ ਦਾ ਕਹਿ ਲਓ ਮੀਟਰ ਦੁਆਰਾ ਜ਼ੀਰੋ ਤੋਂ ਸਟਾਰਟ ਹੁੰਦਾ ਰਾਈਟ ਐਵਰੀਥਿੰਗ ਇਜ਼ ਫਰੋਮ ਦਾ ਬਿਗਨਿੰਗ ਤੇ ਉਹਦੀ ਸੋਸ਼ਲ ਲਾਈਫ ਫਾਈਨੈਂਸ਼ੀਅਲ ਲਾਈਫ ਸਾਰੀ ਕੁਝ ਚੇਂਜ ਹੋ ਜਾਂਦੀ ਆ ਹਰੇਕ ਚੀਜ਼ ਉਹਨੂੰ ਦੁਆਰਾ ਜ਼ੀਰੋ ਤੋਂ ਸਟਾਰਟ ਕਰਨੀ ਪੈਂਦੀ ਆ ਤੇ ਉਹਦੇ ਉਸ ਮਤਲਬ ਜਦੋਂ ਸਮੇਂ ਦੇ ਥਰੂ ਉਹ ਲੰਘ ਰਿਹਾ ਆ ਕਾਫੀ ਤਰ੍ਹਾਂ ਦਾ ਸਟ੍ਰੈਸ ਆ ਜਿਹੜਾ ਉਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕਰਦਾ ਚਾਹੇ ਉਹ ਕਾਲਜਸ ਹੋਣ ਚਾਹੇ ਉਹ ਜਿੱਦਾਂ ਕਿਸੇ ਨੇ ਗਲਤ ਕੋਰਸ ਚੂਜ਼ ਕਰ ਲਿਆ ਗਲਤ ਕਾਲਜ ਚੂਜ਼ ਕਰ ਲਿਆ ਉੱਪਰ ਜੀ ਕਾਲਜ ਦਾ ਰਵੱਈਆ ਨਹੀਂ ਉਹਨੂੰ ਸਹੀ ਲੱਗਦਾ ਵਰਕ ਪਰਮਿਟ ਦੀ ਟੈਨਸ਼ਨ ਇਮੀਗ੍ਰੇਸ਼ਨ ਦੀਆਂ ਪ੍ਰੋਬਲਮਸ ਤੇ ਉਸ ਤੋਂ ਇਲਾਵਾ ਜਦੋਂ ਫਿਰ ਉਹਨੂੰ ਏਦਾਂ ਲੱਗਦਾ ਕਿ ਜਿਹੜੀ ਕਮਿਊਨਿਟੀ ਵੀ ਆ ਸਾਡੀ ਉਹ ਵੀ ਮੇਰੇ ਨਾਲ ਨਹੀਂ ਖੜੀ ਤੇ ਫਿਰ ਉਹ ਤਾਂ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਗੱਲ ਹੋ ਜਾਂਦੀ ਆ ਤੇ ਇੱਕ ਗੱਲ ਹੋਰ ਵੀ ਆ ਕਿ ਐਜੂਕੇਟ ਜਿਹੜੀਆਂ ਟਰਮੀਨੋਲੋਜੀਜ਼ ਆ ਇਹ ਸਟ੍ਰੈਸ ਐਨਗਜ਼ਾਇਟੀ ਪੈਨਿਕ ਅਟੈਕਸ ਡਿਪਰੈਸ਼ਨ ਆਪਾਂ ਤਾਂ ਇੱਥੇ ਇਕੱਲੀ ਆਪਾਂ ਨੂੰ ਇੱਥੇ ਆ ਕੇ ਸਾਨੂੰ ਵੀ ਇੱਥੇ ਆ ਕੇ ਪਤਾ ਲੱਗਾ ਕਿ ਕਿਹੜੀ ਚੀਜ਼ ਨੂੰ ਸਪੈਸੀਫਿਕ ਇਹਦਾ ਕੋਈ ਨਾਮ ਹੈਗਾ ਆਪਣੇ ਪਰ ਉੱਥੇ ਜਿੱਦਾਂ ਆਪਣੀ ਜਿਹੜੀ ਪੰਜਾਬ ਦੇ ਵਿੱਚ ਮਤਲਬ ਇਹ ਇੱਕ ਆਹ ਸਟਿਗਮਾ ਆ ਉਹ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੈਸੇ ਕਹਿ ਦਿੱਤਾ ਵੈਸੇ ਯਾਰ ਕਿਸੇ ਚੀਜ਼ ਦੀ ਪਰੇਸ਼ਾਨੀ ਕਹਿ ਕੇ ਆਪਾਂ ਇਗਨੋਰ ਕਰ ਦਈਦੀਆਂ ਪਰ ਉਹ ਚੀਜ਼ਾਂ ਬਿਲਡਅਪ ਹੁੰਦੀਆਂ ਰਹਿੰਦੀਆਂ ਅੰਦਰ 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 ਉਹ ਖਾਂਦੀਆਂ ਇਹੀ ਕਾਰਨ ਸੀਗਾ ਰੀਸੈਂਟਲੀ ਵੀ ਕਈ ਸਟੂਡੈਂਟਸ ਨੇ ਵੀ ਇੱਥੇ ਮਤਲਬ ਸੁਸਾਈਡ ਦੀ ਅਟੈਂਪਟਸ ਵੀ ਕੀਤੀਆਂ ਕਈ ਸੁਸਾਈਡਸ ਵੀ ਹੋਈਆਂ ਰੀਸੈਂਟਲੀ ਹਨਾ ਕਿਉਂਕਿ ਉਹ ਪ੍ਰੋਬਲਮਸ ਬਹੁਤ ਜ਼ਿਆਦਾ ਆ ਉਹਨਾਂ ਨੂੰ ਕੋਈ ਸੁਣਨ ਵਾਲਾ ਹੀ ਹੈ ਨਹੀਂ ਅੱਧਾ ਦੁੱਖ ਤਾਂ ਬੰਦੇ ਦਾ ਵੈਸੇ ਹੀ ਘੱਟ ਜਾਂਦਾ ਜੇ ਕੋਈ ਉਹਨੂੰ ਸੁਣਨ ਵਾਲਾ ਹੋਵੇ ਜਿਵੇਂ ਤੁਸੀਂ ਦੱਸਿਆ ਤੁਸੀਂ ਹੁਣ ਆਹ ਸ਼ੈਡਨ ਕਾਲਜ ਦੇ ਨਾਲ ਕੋਲੈਬੋਰੇਟ ਕੀਤਾ ਹੈਲਥ ਐਂਡ ਵੈਲਨੈਸ ਸੈਂਟਰ ਦੇ ਵਿੱਚ ਤੇ ਪਰ ਉਹਦੀ ਵੀ ਇੱਕ ਪ੍ਰੋਬਲਮ ਆ ਇਹ ਹੋਣੀ ਆ ਕਿ ਸਟੂਡੈਂਟਸ ਨੂੰ ਪਤਾ ਹੀ ਨਹੀਂ ਕਿ ਇੱਥੇ ਸਾਡੀ ਗੱਲ ਸੁਣਨ ਦੇ ਲਈ ਵੀ ਬੰਦੇ ਬੈਠੇ ਆ ਮਤਲਬ ਜੇ ਤੁਸੀਂ ਕਿਸੇ ਦੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਨੀਆਂ ਉਹ ਸੁਣਨ ਨੂੰ ਵੀ ਬੈਠੇ ਆ ਪਰ ਆਪਾਂ ਨੂੰ ਪਤਾ ਹੀ ਨਹੀਂ ਗਾ ਸਾਡੇ ਨਾਲ ਦਾ ਇੱਕ ਵਾਰ ਮੈਨੂੰ ਭੈਣ ਜੀ ਹੁਣੀ ਦੱਸਦੇ ਸੀ ਜਸਪੀ ਭੈਣ ਜੀ ਉਹ ਕਹਿੰਦੇ ਕਿ ਜੇ ਕੋਈ ਮਤਲਬ ਇੱਥੋਂ ਤਾਂ ਇੱਥੇ ਤੱਕ ਕਿ ਮਤਲਬ ਕਿ ਉਹ ਹੈਲਪ ਕਰ ਸਕਦੇ ਆ ਕਾਲਜ ਕਿ ਜੇ ਕੋਈ ਕਹਿੰਦਾ ਮੈਂ ਪੇਪਰ ਨਹੀਂ ਦੇ ਸਕਦਾ ਮੈਂ ਬਿਨਾਂ ਮਿਊਜ਼ਿਕ ਸੁਣੇ ਐਗਜ਼ਾਮ ਨਹੀਂ ਦੇ ਸਕਦਾ ਕਾਲਜ ਉਹ ਵੀ ਉਹਨੂੰ ਅਰੇਂਜ ਕਰਾ ਕੇ ਦੇ ਸਕਦਾ ਪਰ ਆਪਣੀ ਉਹ ਆਪਣੀ ਸਾਰੀ ਸਾਈਕੀ ਉਹ ਉੱਥੇ ਵਾਲੀ ਆ ਪਰ ਆਪਾਂ ਨੂੰ ਲੱਗਦਾ ਕਿ ਇੱਥੇ ਸਾਡੇ ਸਪੋਰਟਿਵ ਨਹੀਂ ਹੈਗੇ ਮਤਲਬ ਆਪਾਂ ਉਸ ਸਿਸਟਮ ਦੇ ਵਿੱਚੋਂ ਲੰਘਦੇ ਹਾਂ ਤੇ ਕਾਫੀ ਤੰਗ ਪਰੇਸ਼ਾਨ ਹੁੰਦੇ ਹਾਂ ਤੇ ਆਪਾਂ ਉੱਥੋਂ ਦੀਆਂ ਜਿਹੜੀਆਂ ਸਹੂਲਤਾਂ ਫੈਸਿਲਿਟੀਜ਼ ਆ ਕਾਲਜ ਦੇ ਵੱਲੋਂ ਉਹ ਯੂਜ਼ ਨਹੀਂ ਕਰ ਪਾਉਂਦੇ ਇਹ ਮੇਨ ਪ੍ਰੋਬਲਮ ਆ ਕਿਉਂਕਿ ਸਾਡੇ ਅਵੇਅਰਨੈਸ ਹੀ ਹੈ ਨਹੀਂ ਕਿ ਅਸੀਂ ਕਿ ਸਾਡੀ ਕੋਈ ਹੈਲਪ ਵੀ ਕਰ ਸਕਦਾ ਤੇ ਇਹ ਲੋਕ ਬੈਠੇ ਹੋਏ ਨੇ ਸਾਡੀ ਇਹੀ ਲਾਈਕ ਇਹ ਇਨਫੋਰਮੇਸ਼ਨ ਜਿਹੜੀ ਤੁਸੀਂ ਸ਼ੇਅਰ ਕੀਤੀ ਆ ਸ਼ੇਅਰਡ ਇਨ ਕਾਲਜ ਦੇ ਸਟਾਫ ਨਾਲ ਅਸੀਂ ਵੀ ਗੱਲਬਾਤ ਕੀਤੀ ਹੋਈ ਆ ਐਕਚੁਅਲੀ ਸਾਡਾ ਉਹਨਾਂ ਨਾਲ ਕਨੈਕਸ਼ਨ ਤਾਂ ਹੀ ਸ਼ੁਰੂ ਹੋਇਆ ਸੀਗਾ ਉੱਥੇ ਇੱਕ ਉਹਨਾਂ ਦੇ ਵੈਲਨੈਸ ਕਲੀਨਿਕ ਦੇ ਵਿੱਚ ਨਰਸ ਕੰਮ ਕਰਦੀ ਆ ਜਿਹੜੀ ਪੰਜਾਬੀ ਹੈਗੀ ਆ ਤੇ ਉਹਨੇ ਸਪੈਸ਼ਲੀ ਦੇਖਿਆ ਬਿਕੋਜ਼ ਉਹ ਪੰਜਾਬੀ ਹੈਗੀ ਆ ਮੋਸਟਲੀ ਸਟੂਡੈਂਟਸ ਉਦੋਂ ਆਉਂਦੇ ਆ ਜੇ ਉਹਨਾਂ ਦੇ ਪ੍ਰੋਫੈਸਰਸ ਜਾਂ ਟੀਚਰਸ ਜਾਂ ਕਿਸੇ ਨੇ ਹੋਰ ਨੋਟਿਸ ਕੀਤਾ ਕੋਈ ਹੋਰ ਪ੍ਰੋਬਲਮ ਆਈ ਆ ਉਸ ਦੇ ਦੌਰਾਨ ਉਹ ਪਹੁੰਚਦੇ ਆ ਕਲੀਨਿਕ ਦੇ ਵਿੱਚ ਪਰ ਉਹਨਾਂ ਨੂੰ ਆਪ ਨਹੀਂ ਪਤਾ ਕਿ ਆਹਾ ਕਾਲਜ ਦੇ ਵਿੱਚ ਇਹ ਵੈਲਨੈਸ ਕਲੀਨਿਕ ਹੈਗਾ ਆ ਤੁਹਾਡੇ ਫੀਸ ਦੇ ਵਿੱਚ ਉਹ ਇੰਕਲੂਡਿਡ ਹੈਗਾ ਆ ਜੇ ਸਾਨੂੰ ਮਦਦ ਚਾਹੀਦੀ ਆ ਕਈ ਵਾਰੀ ਯੂ ਨੋ ਜੇ ਕੋਈ ਪ੍ਰੋਬਲਮ ਹੁੰਦੀ ਆ ਸ਼ਾਇਦ ਲੋਕ ਵਾਕਿੰਗ ਕਲੀਨਿਕਸ ਜਾ ਰਹੇ ਆ ਆਫ ਕੈਂਪਸ ਉਹਦੇ ਲਈ ਸਾਨੂੰ ਪੇ ਕਰਨਾ ਪੈਂਦਾ ਸੋ ਅੱਜ ਵੀ ਜੇ ਕੋਈ ਵੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਵੀ ਸਾਡੀ ਅੱਜ ਕਨਵਰਸੇਸ਼ਨ ਸੁਣ ਰਿਹਾ ਹੈਗਾ ਆ ਕਿ ਤੁਸੀਂ ਪਤਾ ਲਗਾਓ ਤੁਹਾਡੇ ਫੀਸ ਦੇ ਵਿੱਚ ਕੈਂਪਸ ਦੇ ਵਿੱਚ ਕਿਹੜੀਆਂ ਸਹੂਲਤਾਂ ਹੈਗੀਆਂ ਪਰ ਆਈ ਥਿੰਕ ਜਿਹੜਾ ਤੁਸੀਂ ਦੂਜਾ ਪਾਰਟ ਕਿਹਾ ਕਿ ਲੋਕਾਂ ਨੂੰ ਸਮਝਣੀ ਹੈਗੀ ਮਾਨਸਿਕ ਸਿਹਤ ਬਾਰੇ ਤਾਂ ਹੀ ਅਸੀਂ ਦੋਨਾਂ ਨੇ ਸੋਚ ਦਾ ਕੰਮ ਸ਼ੁਰੂ ਕੀਤਾ ਐਂਡ ਅਸੀਂ ਦੋਨੇ ਕੈਨੇਡੀਅਨ ਬੋਰਨ ਹੈਗੇ ਆ ਇੱਥੇ ਅਸੀਂ ਯੂ ਨੋ ਆਪਣੀ ਕਮਿਊਨਿਟੀ ਦੇ ਨਾਲ ਜਿਹੜੇ 15-20 ਸਾਲ ਜੋ 25 ਸਾਲ ਤੋਂ ਉੱਤੇ ਬੈਠੇ ਹੋਏ ਆ ਉਹਨਾਂ ਨੂੰ ਮਾਨਸਿਕ ਸਿਹਤ ਬਾਰੇ ਪਤਾ ਨਹੀਂ ਹੈਗਾ ਕਿ ਐਸ ਜੀ ਡਿਪਰੈਸ਼ਨ ਦੀ ਕੋਈ ਚੀਜ਼ ਹੁੰਦੀ ਆ ਪੈਨਿਕ ਅਟੈਕਸ ਐਂਗਜ਼ਾਇਟੀ ਸੋ ਅਵੇਅਰਨੈਸ ਆਪਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਨੂੰ ਐਜੂਕੇਸ਼ਨ ਦੇਣਾ ਕਿ ਮੈਂਟਲ ਹੈਲਥ ਸਾਰਿਆਂ ਕੋਲ ਆ ਆਪਣੇ ਸਾਰਿਆਂ ਕੋਲ ਆ ਤੇ ਆਪਣੇ ਸਾਰਿਆਂ ਦੇ ਅਪਸ ਐਂਡ ਡਾਊਨਸ ਹੋ ਸਕਦੇ ਆ ਪਰ ਆਪਾਂ ਆਪਦੀ ਹੈਲਪ ਕਿਵੇਂ ਕਰ ਸਕਦੇ ਹਾਂ ਸੋ ਡੈਫੀਨੇਟਲੀ ਉਹਨਾਂ ਨੂੰ ਸਪੈਸੀਫਿਕਲੀ ਐਜੂਕੇਸ਼ਨ ਐਂਡ ਅਵੇਅਰਨੈਸ ਦੀ ਲੋੜ ਹੈਗੀ ਆ ਐਂਡ ਇਟਸ ਵੈਰੀ ਸੈਡ ਕਿ ਤੁਸੀਂ ਇਸ ਜਿਹੇ ਸਿਚੁਏਸ਼ਨ ਦੇ ਵਿੱਚ ਪਹੁੰਚਦੇ ਹੋ ਤੁਸੀਂ ਇੰਨਾ ਕੁਛ ਰਿਸਕ ਕਰਕੇ ਦੂਜੇ ਕੰਟਰੀ ਕੋਲ ਆਉਂਦੇ ਹੋ ਤੇ ਆਲਰੇਡੀ ਇੰਨੇ ਪ੍ਰੈਸ਼ਰ ਹੈਗੇ ਆ ਤੇ ਉੱਤੋਂ ਦੀ ਜੇ ਤੁਹਾਡੀ ਮਾਨਸਿਕ ਸਿਹਤ ਸਟੇਬਲ ਨਹੀਂ ਹੈਗੀ ਤੁਸੀਂ ਸਟਰਗਲ ਕਰ ਰਹੇ ਹੋ ਕਿ ਅਸੀਂ ਕੀ ਕਰੀਏ ਅਸੀਂ ਕਿੱਥੋਂ ਹੈਲਪ ਲਈਏ ਤੇ ਅਸੀਂ ਕਿਸੇ ਨੂੰ ਦੱਸ ਸਕਦੇ ਹਾਂ ਜੇ ਅਸੀਂ ਕਿਸੇ ਨੂੰ ਦੱਸਿਆ ਸ਼ਾਇਦ ਉਹ ਸੋਚਣਗੇ ਅਸੀਂ ਕਮਜ਼ੋਰ ਹਾਂ ਸਾਤੋਂ ਨਹੀਂ ਹੋਣਾ ਬਿਕਾਜ਼ ਆਈ ਥਿੰਕ ਇਹ ਸਟੈਪ ਲੈਣਾ ਇਟਸ ਵੈਰੀ ਵੈਰੀ ਹਾਰਡ
ਜਸਪ੍ਰੀਤ ਕੌਰ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਯੂ ਨੋ ਮੈਂਟਲ ਹੈਲਥ ਦੀ ਕਿਹੜੀਆਂ ਪ੍ਰੋਬਲਮਸ ਤੁਸੀਂ ਦੇਖੀਆਂ ਸ਼ਾਇਦ ਯੂ ਨੋ ਫਰੋਮ ਯੂਰ ਫਰੈਂਡਸ ਜਾਂ ਆਪਦੇ ਓਨ ਐਕਸਪੀਰੀਅੰਸ ਦੇ ਨਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਟਰਗਲ ਕਰਦੇ ਹਾਂਜੀ ਜਦੋਂ ਮੈਂ ਆਈ ਸੀਗੀ ਮੈਂ ਆਹ ਨਹੀਂ ਕਹੂੰਗੀ ਕਿ ਮੈਂ ਏਲੀਅਨ ਕੰਟਰੀ ਦੇ ਵਿੱਚ ਆਈ ਮੈਨੂੰ ਲੱਗਾ ਕਿ ਮੈਂ ਏਲੀਅਨ ਪਲੈਨਟ ਦੇ ਵਿੱਚ ਆ ਗਈ ਕਿਉਂਕਿ ਇੱਕ ਡਿਵੈਲਪਿੰਗ ਜਾਂ ਲੈਸ ਡਿਵੈਲਪ ਕੰਟਰੀ ਤੇ ਇੱਕਦਮ ਤੁਸੀਂ ਡਿਵੈਲਪਡ ਨੇਸ਼ਨ ਦੇ ਵਿੱਚ ਆਉਂਦੇ ਹੋ ਉੱਤੋਂ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਇੱਕ ਨਿਊ ਇੱਕ ਬਿਗਨਿੰਗ ਹੁੰਦੀ ਹੈ ਸਪੈਸ਼ਲੀ ਗਰਲਸ ਵਾਸਤੇ ਕਿਉਂਕਿ ਬੈਕ ਇਨ ਪੰਜਾਬ ਅਸੀਂ ਬਹੁਤ ਪ੍ਰੋਟੈਕਟਡ ਇਨਵਾਇਰਮੈਂਟ 'ਚ ਰਹੇ ਹੁੰਦੇ ਹਾਂ ਪੇਰੈਂਟਸ ਨਹੀਂ ਤੂੰ ਇਹ ਚੀਜ਼ ਨਹੀਂ ਕਰਨੀ ਸ਼ਾਇਦ ਉਹ ਥੋੜਾ ਮੁੰਡਿਆਂ ਵਾਸਤੇ ਘੱਟ ਹੁੰਦਾ ਹੋਊਗਾ ਇਹ ਚੀਜ਼ ਅਸੀਂ ਕਰਾਂਗੇ ਅਸੀਂ ਉਹ ਕੁੜੀਆਂ ਵਾਸਤੇ ਬਹੁਤ ਜ਼ਿਆਦਾ ਇੱਕ ਨਵੀਂ ਉਹ ਕਰਨੀ ਤੇ ਸਪੈਸ਼ਲੀ ਜੋ ਮੈਂ ਦੇਖਿਆ ਆਪਣੀ ਸੋਸਾਇਟੀ ਦੇ ਵਿੱਚ ਆਪਣੀਆਂ ਕੁੜੀਆਂ ਦੇ ਵਿੱਚ ਉਹ ਹਮੇਸ਼ਾ ਸਹਾਰਾ ਭਾਲਦੀਆਂ ਨੇ ਤੇ ਸਪੈਸ਼ਲੀ ਕਦੇ ਕਈ ਕਈ ਵਾਰ ਗਲਤ ਰਿਲੇਸ਼ਨਸ ਪੈ ਜਾਂਦੀਆਂ ਨੇ ਉਹ ਤੋਂ ਬਾਅਦ ਫਿਰ ਜਦੋਂ ਬਹੁਤ ਕੁਛ ਹੁੰਦਾ ਤੇ ਡਿਪਰੈਸ਼ਨ 'ਚ ਲੰਘਣ ਜਾਂਦੀਆਂ ਨੇ ਸੁਸਾਈਡ ਅਟੈਂਪਟਸ ਕਰਦੀਆਂ ਨੇ ਤੇ ਕਈ ਕਈ ਵਾਰ ਡਰੱਗਸ ਦੇ ਵਿੱਚ ਵੀ ਪੈ ਜਾਂਦੀਆਂ ਨੇ ਮੁੰਡੇ ਵੀ ਪੈਂਦੇ ਆ ਕਿਉਂਕਿ ਉਹ ਰੋਂਗ ਸੁਸਾਇਟੀ ਮਿਲ ਜਾਂਦੀ ਆ ਉਹਨਾਂ ਨੂੰ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਤੇ ਜੋ ਮੇਰਾ ਕਾਲਜ ਦਾ ਐਕਸਪੀਰੀਅੰਸ ਸੀਗਾ ਉਹ ਆ ਸੀਗਾ ਕਿ ਜਿਵੇਂ ਤੁਸੀਂ ਕਿਹਾ ਫੈਸਿਲਿਟੀਜ਼ ਜ਼ਰੂਰ ਹੁੰਦੀਆਂ ਨੇ ਕਾਲਜਿਸ ਦੇ ਵਿੱਚ ਲੈਕ ਆਫ ਅਵੇਅਰਨੈਸ ਜਿਹੜੇ ਆਪਣੇ ਸੈਸ਼ਨਸ ਵਗੈਰਾ ਜਾਂ ਸੈਮੀਨਾਰ ਜੋ ਵੀ ਲੱਗਦਾ ਹੈ ਜਿਹੜੇ ਤੁਹਾਨੂੰ ਜਿਵੇਂ ਕਾਲਜਿਸ ਤੁਹਾਨੂੰ ਪ੍ਰੋਵਾਈਡ ਕਰਦੇ ਆ ਉਹ ਬਹੁਤ ਟਾਈਮ ਤੋਂ ਬਾਅਦ ਹੁੰਦਾ ਜਦੋਂ ਸਾਨੂੰ ਸਪੋਰਟ ਚਾਹੀਦੀ ਹੁੰਦੀ ਫਸਟ ਕਿ ਸਾਨੂੰ ਜੇ ਕੋਈ 10-15 ਦਿਨ ਤੁਹਾਨੂੰ ਸੰਭਾਲਣ ਵਾਲਾ ਹੋ ਜਾਵੇ ਜਾਂ ਸਪੋਰਟ ਦੇਣ ਵਾਲਾ ਹੋ ਜਾਵੇ ਉਹ ਬੱਚੇ ਵਾਸਤੇ ਬਹੁਤ ਪੈਨਿਕ ਵਾਲਾ ਹੁੰਦਾ ਇੱਕ ਤੁਹਾਡੀਆਂ ਕਲਾਸਿਸ ਸਟਾਰਟ ਹੋ ਜਾਂਦੀਆਂ ਨੇ ਤੇ ਕਲਾਸਿਸ ਦੇ ਵਿੱਚ ਵੀ ਪ੍ਰੋਫੈਸਰ ਜਿਵੇਂ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆਇਆ ਕਿ ਤੁਹਾਨੂੰ ਪ੍ਰੋਫੈਸਰ ਇੱਕਦਮ ਸਟੱਡੀ ਸਟਾਰਟ ਕਰਵਾ ਦਿੰਦੇ ਨੇ ਜਿਵੇਂ ਸਾਨੂੰ ਆਨਲਾਈਨ ਕੋਈ ਆਪਣੇ ਜਿਵੇਂ ਕਾਲਜਿਸ ਦੀਆਂ ਸਾਈਟਸ ਹੁੰਦੀਆਂ ਨੇ ਆਨਲਾਈਨ ਜਿੱਥੇ ਸਾਡੇ ਆਪਣੇ ਅਸਾਈਨਮੈਂਟਸ ਜਾਂ ਤੁਸੀਂ ਕਹਿ ਲਓ ਵੈਬਸਾਈਟਸ ਹੁੰਦੀਆਂ ਨੇ ਸਾਨੂੰ ਉਹ ਚਲਾਉਣਾ ਨਹੀਂ ਸਿਖਾਉਂਦੇ ਹੈਗੇ ਤੇ ਇੱਕ ਮੇਨ ਪ੍ਰੋਬਲਮ ਹੈ ਕਿ ਤੁਸੀਂ ਇੱਥੇ ਜੇ ਕਿਸੇ ਨੂੰ ਅਪਰੋਚ ਕਰਨਾ ਤਾਂ ਤੁਹਾਨੂੰ ਅਪੁਆਇੰਟਮੈਂਟ ਲੈਣੀਆਂ ਪੈਣੀਆਂ ਨੇ ਤੇ ਉਹ ਕਦੇ ਤੁਹਾਨੂੰ 2 ਹਫ਼ਤੇ ਬਾਅਦ ਮਿਲਦੀਆਂ ਨੇ ਜਿਵੇਂ ਹੁਣ ਮੇਰਾ ਸੀਗਾ ਕਿ ਅਸਾਈਨਮੈਂਟ ਦੀ ਡੇਟ ਆ ਗਈ ਤੇ ਪ੍ਰੋਫੈਸਰ ਦੀ ਡੇਟ ਮੈਨੂੰ ਅਪੁਆਇੰਟਮੈਂਟ ਦੀ ਬਹੁਤ ਦੇਰ ਬਾਅਦ ਮਿਲਦੀ ਪਈ ਸੀਗੀ ਜਾਂ ਫਿਰ ਸਾਨੂੰ ਕੋਈ ਇਮੀਗ੍ਰੇਸ਼ਨ ਰਿਲੇਟਡ ਜਾਂ ਸਾਨੂੰ ਕੋਈ ਦੂਜੀਆਂ ਪ੍ਰੋਬਲਮਸ ਆਉਂਦੀਆਂ ਨੇ ਜਿਵੇਂ ਇੰਟਰਨੈਸ਼ਨਲ ਸੈਂਟਰਸ ਤਕਰੀਬਨ ਹਰੇਕ ਕਾਲਜਿਸ 'ਚ ਬਣੇ ਹੋਏ ਨੇ ਬਟ ਉਹਨਾਂ ਦੀਆਂ ਡੇਟਸ ਨਹੀਂ ਮਿਲਦੀਆਂ ਹੈਗੀਆਂ ਉਹ ਕੋਈ ਮਹੀਨੇ ਬਾਅਦ ਹੋਊਗੀ ਕੋਈ 2 ਮਹੀਨੇ ਬਾਅਦ ਹੋਊਗੀ ਉਹ ਤੁਸੀਂ ਗੇੜ ਲਾਈ ਦਿਓ ਤੇ ਬੱਚੇ 'ਤੇ ਇੰਨਾ ਜ਼ਿਆਦਾ ਮੈਂਟਲ ਪ੍ਰੈਸ਼ਰ ਬਿਲਟ ਹੋ ਜਾਂਦਾ ਕਿ ਉਹਨੂੰ ਪਤਾ ਹੀ ਨਹੀਂ ਚੱਲਦਾ ਅਸੀਂ ਕਰੀਏ ਤੇ ਕਰੀਏ ਕੀ ਤੇ ਜੋਬਸ ਤੇ ਰੈਂਟਲ ਪ੍ਰੋਬਲਮ ਬਹੁਤ ਹੈ ਕਿ ਸਿਕਿਉਰਿਟੀ ਨਹੀਂ ਹੈਗੀ ਅਕੋਮੋਡੇਸ਼ਨ ਦੀ ਕਿ ਕਈ ਕਈ ਵਾਰ ਰੈਂਟਲ ਜਿਹੜੇ ਜਿਹੜੇ ਜਿੱਥੇ ਰਹਿੰਦੇ ਹੁੰਦੇ ਆ ਬੱਚੇ ਉਹ ਇੱਕਦਮ ਹੀ ਨੋਟਿਸ ਦੇ ਦਿੰਦੇ ਕਿ ਤੁਹਾਨੂੰ 2-3 ਦਿਨ ਬਾਅਦ ਤੁਹਾਨੂੰ ਨਿਕਲਣਾ ਪੈਣਾ ਘਰੋਂ ਮੈਨੂੰ ਲੱਗਦਾ ਕਿ ਅਵੇਅਰਨੈਸ ਲੈਕ ਆਫ ਅਵੇਅਰਨੈਸ ਓਬਵੀਅਸਲੀ ਐਜੂਕੇਸ਼ਨਲ ਜਿਹੜੇ ਇੰਸਟੀਟਿਊਸ਼ਨਸ ਆ ਉਹ ਪ੍ਰੋਗਰਾਮਸ ਵੀ ਚਲਾਉਂਦੇ ਆ ਬਟ ਮੇਰੇ ਖਿਆਲ ਨਾਲ ਉਹ ਬਹੁਤ ਬਾਅਦ ਵਿੱਚ ਹੁੰਦੇ ਆ ਕਿ ਉਦੋਂ ਤੱਕ ਬਹੁਤ ਟਾਈਮ ਲੰਘ ਜਾਂਦਾ ਬੱਚੇ ਵਾਸਤੇ ਜਿਹੜੀਆਂ ਤੁਸੀਂ ਐਗਜ਼ਾਮਪਲਸ ਦਿੱਤੀਆਂ ਆ ਮੈਂ ਪਰਸਨਲ ਕਹਿ ਸਕਦੀ ਜਦ ਮੈਂ ਪਹਿਲੀ ਵਾਰ ਯੂਨੀਵਰਸਿਟੀ ਗਈ ਸੀਗੀ ਐਂਡ ਮੈਂ ਇੱਥੇ ਬੋਰਨ ਐਂਡ ਰੇਜ਼ਡ ਹਾਂ ਮੈਨੂੰ ਵੀ ਬਹੁਤ ਔਖਾ ਲੱਗਿਆ ਸੀ ਬਿਕੋਜ਼ ਹਾਈ ਸਕੂਲ ਕੈਨੇਡੀਅਨ ਹਾਈ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਜਾਣਾ ਬਹੁਤ ਹੀ ਡਿਫਰੈਂਟ ਐਕਸਪੀਰੀਅੰਸ ਹੁੰਦਾ ਆ ਐਂਡ ਤੁਹਾਡੇ ਲਈ ਤਾਂ ਬਹੁਤ ਹੀ ਹੋਰ ਚੈਲੇਂਜਿੰਗ ਹੋਣਾ ਹੈ ਨਾ ਜਿੱਦਾਂ ਤੁਸੀਂ ਕਹਿ ਰਹੇ ਹਾਂ ਲਾਈਕ ਇੰਡੀਆ ਤੋਂ ਤੁਸੀਂ ਇੱਕ ਪ੍ਰੋਟੈਕਟਿਵ ਇਨਵਾਇਰਮੈਂਟ ਤੋਂ ਆਉਂਦੇ ਹਾਂ ਉਹਦੇ ਨਾਲ ਵੀ ਡਿਫਰੈਂਟ ਚੈਲੇਂਜਸ ਤੁਸੀਂ ਫੇਸ ਕਰ ਸਕਦੇ ਹਾਂ ਸੋ ਬਹੁਤ ਹੀ ਚੈਲੇਂਜਿੰਗ ਸਿਚੁਏਸ਼ਨ ਆ ਤੇ ਨਾਲੇ ਜਿੱਦਾਂ ਤੁਸੀਂ ਕਹਿ ਰਹੇ ਹਾਂ ਇੱਦਾਂ ਵੀ ਲੱਗਦਾ ਹੈ ਕਿ ਜਿਹੜੇ ਇੱਥੇ ਕੈਨੇਡੀਅਨ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਵੀ ਇੱਕ ਰਿਸਪੋਂਸੀਬਿਲਿਟੀ ਲੈਣੀ ਚਾਹੀਦੀ ਆ ਕਿ ਉਹ ਇੱਕ ਯੂ ਨੋ ਓਰਗਨਾਈਜ਼ਡ ਫੈਸ਼ਨ ਦੇ ਨਾਲ ਸਟੂਡੈਂਟਸ ਦੀ ਮਦਦ ਕਰਨ ਅਫਕੋਰਸ ਜੋ ਉਹ ਕਰ ਰਹੇ ਆ ਉਹ ਉਹਨਾਂ ਦੇ ਹਿਸਾਬ ਦੇ ਨਾਲ ਆ ਪਰ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਆਵਾਜ਼ ਆ ਉਹ ਵੀ ਜਿਹੜੇ ਹਾਇਰ ਓਫੀਸ਼ਲਸ ਹੈਗੇ ਆ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ ਬਿਕੋਜ਼ ਜੇ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਦੇ ਫਿਰ ਸਾਨੂੰ ਪੂਰੀ ਤਰ੍ਹਾਂ ਨਹੀਂ ਪਤਾ ਕਿ ਤੁਹਾਡੀਆਂ ਐਕਚੁਅਲ ਐਕਸਪੀਰੀਅੰਸਿਸ ਕੀ ਹੈਗੇ ਆ ਤੁਹਾਡੇ ਚੈਲੇਂਜਸ ਕੀ ਹੈਗੇ ਆ ਸੋ ਅੱਜ ਅਸੀਂ ਤਾਂ ਹੀ ਇਹ ਕਨਵਰਸੇਸ਼ਨ ਕਰਨੀ ਸੀ ਅਫਕੋਰਸ ਤੁਸੀਂ ਯੂ ਨੋ ਸਿਰਫ 2 ਇੰਡੀਵਿਜੁਅਲਸ ਹੈਗੇ ਆ ਯੂ ਨੋ ਸਪੀਕਿੰਗ ਔਨ ਬਿਹਾਫ ਆਫ ਆਲ ਇੰਟਰਨੈਸ਼ਨਲ ਸਟੂਡੈਂਟਸ ਬਟ ਇਹ ਕਨਵਰਸੇਸ਼ਨ ਤਾਂ ਹੀ ਜ਼ਰੂਰੀ ਆ ਕਿ ਹੋਰ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਹ ਅੱਜ ਦਾ ਸ਼ੋਅ ਦੇਖ ਰਹੇ ਆ ਉਹ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਜਾਂ ਜਸਪ੍ਰੀਤ ਸਿੰਘ ਨੂੰ ਆਪਣੇ ਚੈਲੇਂਜਸ ਜੋ ਹੈਗੇ ਆ ਸਾਨੂੰ ਦੱਸੋ ਤੇ ਫਿਰ ਅਸੀਂ ਰਲ ਮਿਲ ਕੇ ਅੱਗੇ ਕੋਈ ਸਟੈਪ ਲਈਏ ਤੁਹਾਡੀ ਮਦਦ ਕਰੀਏ ਬਿਕੋਜ਼ ਸਹੂਲਤਾਂ ਹੈਗੀਆਂ ਆ ਪਰ ਜਿੱਦਾਂ ਤੁਸੀਂ ਕਿਹਾ ਅਵੇਅਰਨੈਸ ਨਹੀਂ ਹੈਗੀ ਜਾਂ ਸਾਨੂੰ ਪਤਾ ਨਹੀਂ ਕਿ ਅਸੀਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਅਵੇਅਰ ਕਰੀਏ ਜਾਂ ਕਿਹੜੇ ਚੇਂਜਸ ਲੈ ਕੇ ਆਈਏ ਤੁਹਾਡੀ ਇਨਪੁਟ ਦੇ ਨਾਲ ਐਂਡ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਆ ਤੁਹਾਡੇ ਐਕਸਪੀਰੀਅੰਸਿਸ ਰਹੇ ਹੈਗੇ ਆ
ਇਹਨਾਂ ਦੇ ਨਾਲ ਤੁਸੀਂ ਕਿੱਦਾਂ ਮੈਨੇਜ ਕੀਤਾ ਜਾਂ ਤੁਹਾਡੇ ਫਰੈਂਡਸ ਨੇ ਕਿੱਦਾਂ ਮੈਨੇਜ ਕੀਤਾ ਜਦ ਉਹਨਾਂ ਨੂੰ ਇਹ ਸਿਚੁਏਸ਼ਨਸ ਆਈਆਂ ਇਧਰ ਘਬਰਾਹਟ ਡਿਪਰੈਸ਼ਨ ਜਾਂ ਡੇਟ ਲੰਘ ਗਈ ਬਾਅਦ ਦੇ ਵਿੱਚ ਪ੍ਰੋਫੈਸਰ ਦੀ ਅਪੁਆਇੰਟਮੈਂਟ ਮਿਲੀ ਜਾਂ ਡਿਫਰੈਂਟ ਰਿਲੇਸ਼ਨਸ਼ਿਪਸ ਦੇ ਵਿੱਚ ਉਹ ਫਸ ਗਏ ਕਿੱਦਾਂ ਤੁਸੀਂ ਇਹ ਸਾਰੇ ਚੈਲੰਜਸ ਮੈਨੇਜ ਕਰਦੇ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ 2018 ਸੈਪਟੈਂਬਰ ਫਾਲ ਦੇ ਵਿੱਚ ਆਈ ਸੀਗੀ ਤੇ ਮੈਂ ਇੰਨੀ ਜ਼ਿਆਦਾ ਡਿਪਰੈਸਡ ਹੋ ਗਈ ਸੀਗੀ ਪੇਰੈਂਟਸ ਨੂੰ ਪਿੱਛੇ ਦੱਸ ਨਹੀਂ ਸਕਦੀ ਸੀਗੀ ਤੇ ਫਿਰ ਮੈਂ 2 December ਦੇ ਵਿੱਚ ਮੈਂ ਇੰਡੀਆ ਵਾਪਸ ਚਲੇ ਗਈ ਸੀਗੀ ਕਿ ਮੈਂ ਇੰਨੀ ਜ਼ਿਆਦਾ ਡਿਪਰੈਸਡ ਹੋ ਗਈ ਸੀਗੀ ਕਿ ਮੈਂ ਰਹਿਣਾ ਨਹੀਂ ਹੈਗਾ ਤੇ ਮੈਨੂੰ ਜਮੇ ਮਾਹੌਲ ਨਹੀਂ ਵਧੀਆ ਲੱਗਿਆ ਕਿ ਐਵੇਂ ਤੇ ਫਿਰ ਮੇਰੇ ਨਾਲ ਸਿੰਘ ਸੀਗੇ ਤੇ ਮੈਨੂੰ ਆਪ ਵੀ ਲੱਗਦਾ ਕਿ ਜੇ ਅਸੀਂ ਇੱਥੇ ਬੱਚੇ ਆਪਣੀ ਸੁਸਾਇਟੀ ਦੇ ਡਿਪਰੈਸ਼ਨ ਦੇ ਵਿੱਚ ਹਾਂ ਅਸੀਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਦੀਆਂ ਜਾਂ ਉਹਨਾਂ ਨੂੰ ਅਸੀਂ ਆਪਣੇ ਅਸੀਂ ਸਾਰੇ ਅਸੀਂ ਆਪਣੇ ਕਲਚਰ ਨਾਲ ਜਾਂ ਆਪਣੀ ਹਿਸਟਰੀ ਦੱਸ ਕੇ ਆਪਣਾ ਇਤਿਹਾਸ ਦੱਸ ਕੇ ਉਹਨਾਂ ਨੂੰ ਕੱਢ ਸਕਦੇ ਹਾਂ ਜਿਵੇਂ ਮੇਰੇ ਨਾਲ ਸਿੰਘ ਸੀਗੇ ਉਹਨੇ ਮੈਨੂੰ ਕਿਹਾ ਸੀਗਾ ਜਦੋਂ ਮੈਂ ਇੰਨੀ ਜ਼ਿਆਦਾ ਡਿਪਰੈਸਡ ਹੋ ਗਈ ਸੀਗੀ ਉਹਨੇ ਕਿਹਾ ਸੀਗਾ ਕਿ ਤੂੰ ਆਹ ਦੱਸ ਕਿ ਮੈਨੂੰ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਮਾਤਾ ਗੁਜਰ ਕੌਰ ਜੀ ਸੀਗੇ ਕਿ ਉਹ ਰੋਣ ਲੱਗ ਗਏ ਸੀਗੇ ਕਿ ਉਹ ਸਰਦੀਆਂ ਦੇ ਵਿੱਚ ਇੰਨੇ ਬਹੁਤ ਬੜੇ ਬਾਦਸ਼ਾਹ ਦੇ ਬਾਦਸ਼ਾਹ ਸੀਗੇ ਜਾਂ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹ ਮਾਛੀ ਵੜੇ ਕਿ ਉਹ ਰੋਣ ਲੱਗ ਗਏ ਸੀਗੇ ਕਿ ਜਦੋਂ ਰਹਿੰਦੇ ਸੀਗੇ ਕਹਿੰਦੇ ਤੂੰ ਮੈਨੂੰ ਦੱਸ ਕਿ ਤੈਨੂੰ ਉੱਥੇ ਪ੍ਰਸ਼ਾਦਾ ਨਹੀਂ ਮਿਲਦਾ ਹੈਗਾ ਜਾਂ ਤੈਨੂੰ ਕੋਈ ਪੈਸਿਆਂ ਦੀ ਘਾਟ ਜਾਂ ਕੋਈ ਹੋਰ ਚੀਜ਼ ਦੀ ਘਾਟ ਤੇਰੀ ਲਾਈਫ ਵਧੀਆ ਚੱਲਦੀ ਪਈ ਆ ਅਸੀਂ ਸਟਾਰਟਿੰਗ ਕਰਦੇ ਹਾਂ ਕਿ ਸਾਨੂੰ ਸਟਰਗਲਸ ਆਉਣੇ ਹੀ ਆਉਣੇ ਆ ਪੇਸ਼ੈਂਸ ਰੱਖ ਸਾਰਾ ਕੁਛ ਹੋ ਜਾਊਗਾ ਬਟ ਪੋਜ਼ਿਟਿਵਿਟੀ ਰੱਖ ਜੇ ਅਸੀਂ ਉਹ ਚੀਜ਼ਾਂ ਆਪਣੇ ਬੱਚਿਆਂ ਨੂੰ ਦੱਸੀਏ ਜਿਵੇਂ ਜਿਹੜੇ ਡਿਪਰੈਸਡ ਹੁੰਦੇ ਆ ਜਾਂ ਅਸੀਂ ਆਪਣੀ ਹਿਸਟਰੀ ਦੱਸ ਦੱਸ ਕੇ ਆਪਣਾ ਕਲਚਰ ਦੱਸ ਦੱਸ ਕੇ ਜੇ ਉਹਨਾਂ ਦਾ ਇੰਨਾ ਮੈਨੂੰ ਲੱਗਦਾ ਕਿ ਅਸੀਂ ਉਹਨਾਂ ਮਾਇੰਡ ਸਟਰੋਂਗ ਕਰ ਦਈਏ ਤਾਂ ਪੇਸ਼ੈਂਸ ਰੱਖ ਕੇ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਫਿਰ ਮੈਂ ਜਨਵਰੀ ਦੇ ਵਿੱਚ ਫੇਰ ਆਈ ਪੇਸ਼ੈਂਸ ਰੱਖ ਕੇ ਜੋਬਸ ਜਿਵੇਂ ਸ਼ੁਰੂ ਕੀਤੀਆਂ ਲੱਭਣੀਆਂ ਸ਼ੁਰੂ ਕੀਤੀਆਂ ਤੇ ਐਜੂਕੇਸ਼ਨ ਦਾ ਵੀ ਮਤਲਬ ਮੈਂ ਆਹ ਸਮਝਦੀ ਹੁੰਦੀ ਸੀ ਕਿ ਜਿਵੇਂ ਮੈਨੂੰ ਐਗਜ਼ਾਮਪਲ ਦਿੱਤੀਆਂ ਕਿ ਮਾਤਾ ਭਾਗ ਕੌਰ ਬਾਰੇ ਸੋਚੋ ਸੁੰਦਰ ਕੌਰ ਬਾਰੇ ਸੋਚੋ ਜਿਵੇਂ ਮੈਨੂੰ ਆਪਣੀ ਐਗਜ਼ਾਮਪਲ ਦਿੱਤੀਆਂ ਵੀਮੈਨਸ ਨਹੀਂ ਆ ਕਿ ਉਹ ਵੀ ਸਟਰੋਂਗ ਸੀਗੀਆਂ ਮੋਢਾ ਤੇ ਮੋਢਾ ਰੱਖ ਕੇ ਮਤਲਬ ਉਹ ਲੜੀਆਂ ਨੇ ਉਹ ਕਿ ਉਹਨਾਂ ਵਰਗੀ ਬਣ ਜਿਵੇਂ ਹੁਣ ਸਾਨੂੰ ਜਿਹੜੀ ਸੁਸਾਇਟੀ ਦੱਸਦੀ ਹੈ ਉਹ ਦੱਸਦੀ ਹੈ ਕੁੜੀਆਂ ਜਿਵੇਂ ਆਪਣੀਆਂ ਕੁੜੀਆਂ ਵੀ ਮੈਂ ਵੀ ਪਹਿਲਾਂ ਐਵੇਂ ਦੀ ਸੀਗੀ ਕਿ ਸ਼ਾਈ ਨੇਚਰ ਦੀਆਂ ਅਸੀਂ ਹਮੇਸ਼ਾ ਅਸੀਂ ਆਪ ਨੂੰ ਫੀਲ ਕਰਦੇ ਕਿ ਅਸੀਂ ਬਹੁਤ ਜ਼ਿਆਦਾ ਸ਼ਾਈ ਨੇਚਰ ਦੀਆਂ ਨੇ ਬਹੁਤ ਜ਼ਿਆਦਾ ਸੈਂਸਿਟਿਵ ਨੇ ਹਾਲਾਂਕਿ ਸਾਨੂੰ ਦੱਸਣ ਦੀ ਲੋੜ ਹੈ ਕਿ ਜਿਹੜੀਆਂ ਕੁੜੀਆਂ ਨੇ ਕਿ ਸਾਡਾ ਇਤਿਹਾਸ ਸਾਨੂੰ ਕੀ ਦੱਸਦਾ ਕਿ ਅਸੀਂ ਮੋਢਾ ਤੇ ਮੋਢਾ ਰੱਖ ਕੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਉਵੇਂ ਲੜਨਾ ਹੈ ਸਾਡੇ 'ਚ ਕੋਈ ਵੀ ਘਾਟ ਨਹੀਂ ਹੈਗੀ ਮੁੰਡਿਆਂ ਨਾਲ ਉਹ ਤੇ ਮੈਨੂੰ ਲੱਗਦਾ ਆਹ ਚੀਜ਼ਾਂ ਕੁੜੀਆਂ ਨੂੰ ਸਟਰੋਂਗ ਬਣਾਉਂਦੀਆਂ ਨੇ ਜੇ ਅਸੀਂ ਆਪਣਾ ਇਤਿਹਾਸ ਦੱਸ ਕੇ ਉਹਨਾਂ ਨੂੰ ਸਟਰੋਂਗ ਕਰੀਏ I think ਸੋਡੇ ਸਟੋਰੀ ਦੇ ਵਿੱਚ ਇੰਨੀ ਪਾਵਰ ਹੈਗੀ ਆ ਕਿ ਤੁਸੀਂ ਸਟਰਗਲ ਕੀਤਾ ਪਰ ਤੁਸੀਂ ਉਹ ਅੰਦਰ ਘੁੱਟ ਕੇ ਨਹੀਂ ਰੱਖਿਆ ਜਿਹੜਾ ਤੁਸੀਂ ਵਾਪਸ ਜਾ ਕੇ ਗੱਲਬਾਤ ਕੀਤੀ ਸ਼ੇਅਰ ਕੀਤੀ ਕਿ ਆਹ ਮੇਰੀ ਸਟਰਗਲ ਹੈਗੀ ਆ ਉਸ ਦੇ ਨਾਲ ਸਾਨੂੰ ਹਿੰਮਤ ਵਾਲੀਆਂ ਯੂ ਨੋ ਲਾਈਕ ਥਰੂ ਸਿੱਖੀ ਸਾਨੂੰ ਹਿੰਮਤ ਮਿਲੀ ਕਿ ਮੈਂ ਗਾਂ ਕਿਵੇਂ ਜਾਣਾ ਆ ਹਨਾ ਐਂਡ ਪਰ ਸਾਰਿਆਂ ਕੋਲ ਕਈ ਵਾਰ ਇਹ ਸਪੋਰਟ ਨਹੀਂ ਹੁੰਦੀ ਆਈ ਥਿੰਕ ਉਹੀ ਹਾਰਡ ਹੁੰਦਾ ਆ ਜੋ ਤੁਸੀਂ ਆਉਂਦੇ ਹੋ ਤੁਸੀਂ ਇਕੱਲੇ ਹੁੰਦੇ ਹੋ ਪਰ ਜੇ ਤੁਸੀਂ ਕੋਈ ਵੀ ਸਟਰਗਲ ਕਰ ਰਹੇ ਹੋ ਜੇ ਤੁਹਾਡੇ ਕੋਲ ਫੈਮਿਲੀ ਪਹਿਲਾਂ ਆਈ ਥਿੰਕ ਤੁਸੀਂ ਕੋਸ਼ਿਸ਼ ਕਰੋ ਆਪਦੇ ਫੈਮਿਲੀ ਨੂੰ ਦੱਸਣ ਨੂੰ ਹਨਾ ਕਿ ਤੁਸੀਂ ਸਟਰਗਲ ਕਰ ਰਹੇ ਹੋ ਆਪਾਂ ਆਲਵੇਜ਼ ਵਰੀ ਕਰ ਰਹੇ ਹਾਂ ਕਿ ਆਪਾਂ ਪੇਰੈਂਟਸ ਨੂੰ ਹੋਰ ਵਰੀ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਫਿਕਰ ਨਹੀਂ ਦੇਣਾ ਚਾਹੁੰਦੇ ਪਰ ਆਪਣੀ ਫੈਮਿਲੀ ਦਾ ਫਿਰ ਫਾਇਦਾ ਕੀ ਹੈਗਾ ਆ ਆਪਾਂ ਇੱਕ ਦੂਜੇ ਦੇ ਨਾਲ ਆਪਾਂ ਆਪਣੇ ਰਿਲੇਸ਼ਨ ਕਿਉਂ ਹੈਗੇ ਆ ਰਾਈਟ ਸਿਰਫ ਗੁੱਡ ਟਾਈਮ ਲਈ ਨਹੀਂ ਹੈਗੇ ਸਹਾਰਾ ਲਈ ਵੀ ਹੈਗਾ ਆ ਸਪੋਰਟ ਲਈ ਪਰ ਜੇ ਕਈ ਲੋਕਾਂ ਕੋਲ ਉਹ ਉਸ ਦੀ ਫੈਮਿਲੀ ਸਪੋਰਟ ਜਾਂ ਫਰੈਂਡ ਸਪੋਰਟ ਨਹੀਂ ਹੁੰਦੀ ਜਿਵੇਂ ਜਸਮੀਤ ਨੇ ਅੱਜ ਸ਼ੇਅਰ ਕੀਤਾ ਤੁਸੀਂ ਸਾਨੂੰ ਸੋਚ ਥਰੂ ਰੀਚ ਆਊਟ ਕਰੋ ਜਿਹੜੇ ਡਿਫਰੈਂਟ ਡਿਫਰੈਂਟ ਐਸੋਸੀਏਸ਼ਨ ਬਣੇ ਹੋਏ ਆ ਜਿਵੇਂ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ ਨੂੰ ਰੀਚ ਆਊਟ ਕਰੋ ਇੱਕ ਆਪਣੀ ਸਿੱਖ ਫੈਮਿਲੀ ਹੈਲਪਲਾਈਨ ਹੈਗੀ ਆ ਉਹਨਾਂ ਨੂੰ ਵੀ ਤੁਸੀਂ ਫੋਨ ਕਰ ਸਕਦੇ ਹੋ ਸਾਨੂੰ ਸਹਾਰਾ ਦੇ ਸਕਦੇ ਆ ਵਰਲਡ ਸਿੱਖ ਆਰਗਨਾਈਜੇਸ਼ਨ ਯੂ ਨੋ ਬਥੇਰੇ ਲੋਟਸ ਆਫ ਪ੍ਰੋਜੈਕਟਸ ਆਈ ਥਿੰਕ ਹੁਣ ਆ ਰਹੇ ਆ ਅਵੇਅਰਨੈਸ ਹੌਲੀ ਹੌਲੀ ਬਿਲਡ ਹੋ ਰਹੀ ਆ ਪਰ ਜੇ ਤੁਸੀਂ ਸਟਰਗਲ ਕਰ ਰਹੇ ਹੋ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਕਿਸੇ ਨੂੰ ਪਹਿਲਾਂ ਦੱਸੋ ਤਾਂ ਹੀ ਸਾਨੂੰ ਮਦਦ ਮਿਲੋ ਜੇ ਤੁਸੀਂ ਕਿਸੇ ਨੂੰ ਨਹੀਂ ਦੱਸੋਗੇ ਕਿਸੇ ਨੂੰ ਕਦੇ ਨਹੀਂ ਪਤਾ ਹੋਣਾ ਆਈ ਥਿੰਕ ਯੂ ਨੋ ਆਪਣਾ ਵਨ ਥਿੰਗ ਹੈਗਾ ਕੈਨੇਡੀਅਨ ਸੋਸਾਇਟੀ ਦੇ ਵਿੱਚ ਸਾਰਾ ਕੁਛ ਫਾਸਟ ਪੇਸਡ ਆ ਬਹੁਤ ਛੇਤੀ ਜਾਂਦਾ ਆ ਸਾਰੇ ਆਪਣੇ ਲਾਈਫ ਦੇ ਵਿੱਚ ਬਿਜ਼ੀ ਹੁੰਦੇ ਆ ਤੇ ਆਪਾਂ ਨੂੰ ਲੱਗਦਾ ਕੋਈ ਕੇਅਰ ਨਹੀਂ ਕਰ ਰਿਹਾ ਪਰ ਉਹ ਕੇਅਰ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਕਿ ਤੁਹਾਡੀ ਸਟਰਗਲ ਕੀ ਹੈਗੀ ਆ ਜਸਪ੍ਰੀਤ ਸਿੰਘ ਤੁਸੀਂ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ ਕਈ ਸਟੂਡੈਂਟਸ ਦੇ ਕੀ ਐਕਸਪੀਰੀਅੰਸ ਰਹੇ ਜਦੋਂ ਉਹਨਾਂ ਨੇ ਸਿੱਖ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ ਨੂੰ ਰੀਚ ਆਊਟ ਕੀਤਾ ਕਿ ਉਹਨਾਂ ਨੂੰ ਵਧੀਆ ਲੱਗਿਆ ਕਿ ਇਹ ਐਸੋਸੀਏਸ਼ਨ ਹੈਗਾ ਆ ਉਹਨਾਂ ਨੂੰ ਹੈਲਪ ਮਿਲ ਸਕਦੀ ਆ ਕੋਈ ਵੀ ਚੈਲੰਜਸ ਦੇ ਨਾਲ ਹਾਂਜੀ ਬਿਲਕੁਲ ਦਰਅਸਲ ਅਸੀਂ ਮਤਲਬ ਦ ਵੇ ਵੀ ਵਰਕ ਹੈ ਉਹ ਇਦਾਂ ਆ ਕਿ ਅਸੀਂ ਐਜ਼ ਅ ਬ੍ਰਿਜ ਕੰਮ ਕਰਦੇ ਹਾਂ ਇੱਕ ਸਟੂਡੈਂਟ ਤੇ ਕਿਸੇ ਆਰਗੇਨਾਈਜੇਸ਼ਨ ਦੇ ਵਿਚਕਾਰ ਕਿਉਂਕਿ ਉਹਨਾਂ ਉੱਥੇ ਅਵੇਅਰਨੈਸ ਤਾਂ ਹੈ ਨੀਗੀ ਪਰ ਉਹ ਜਦੋਂ ਸਾਡੇ ਤੱਕ ਆਉਂਦੇ ਆ ਕਿਉਂਕਿ ਅਸੀਂ ਉਹਨਾਂ ਦੇ ਵਿੱਚ ਵਿਚਰਦੇ ਹਾਂ ਰਾਈਟ
ਜਦੋਂ ਸਾਡੇ ਕੋਲ ਆਉਂਦੇ ਅਸੀਂ ਉਹਨਾਂ ਨੂੰ ਦੱਸੀਦਾ ਕਿ ਆਲੀ ਆਰਗੇਨਾਈਜੇਸ਼ਨ ਤੁਹਾਡੀ ਹੈਲਪ ਕਰ ਸਕਦੀ ਆ ਕਿਉਂਕਿ ਉਹ ਕਰ ਰਹੇ ਆ, ਤੁਸੀਂ ਉਹਨਾਂ ਨਾਲ ਸੰਪਰਕ ਕਰੋ। ਮਤਲਬ ਮੇਨ ਤਾਂ ਸਾਡਾ ਵਰਕ ਮੋਸਟਲੀ ਇਹ ਆ। ਉਸ ਤੋਂ ਇਲਾਵਾ ਸਾਡਾ ਆਪਦਾ ਹੁਣ ਪਿਛਲੇ 4-5 ਸਾਲ ਦਾ ਐਕਸਪੀਰੀਅੰਸ ਆ, ਜਾਂ ਕਿੱਦਾਂ ਦਾ ਕੋਰਸ ਚੂਜ਼ ਕਰਨਾ, ਕਿੱਦਾਂ ਦਾ ਕਾਲਜ ਲੈਣਾ, ਤਾਂ ਕਿ ਤੁਸੀਂ ਕਹਾਂ ਆਪਣੀ ਆਹ ਬੈਚਲਰਸ ਜਾਂ ਮਾਸਟਰਸ ਵੀ ਕੰਟੀਨਿਊ ਕਰ ਸਕੋ, ਕਿਉਂਕਿ ਮੋਸਟਲੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ ਡਿਪਲੋਮਾ ਹੀ ਲੈ ਕੇ ਆਉਂਦੇ ਆ ਰਹੇ। ਮਤਲਬ ਏਦਾਂ ਦੀ ਆਪਾਂ ਹੈਲਪ ਕਰੀ ਦੀ ਆਪਦੇ ਐਕਸਪੀਰੀਅੰਸ ਤੋਂ, ਜਾਂ ਫਿਰ ਉਹਨਾਂ ਨੂੰ ਦੱਸੀਦਾ ਕਿ ਤੁਸੀਂ ਕਾਲਜ ਵੱਲੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਉਹਨਾਂ ਨੂੰ ਉਹਨਾਂ ਦਾ ਫਾਇਦਾ ਉਠਾਓ, ਚਾਹੇ ਉਹ ਇਮੀਗ੍ਰੇਸ਼ਨ ਦੇ ਸੰਬੰਧਿਤ ਕਲਾਸਾਂ ਲੱਗਦੀਆਂ, ਪ੍ਰੋਫੈਸ਼ਨਲ ਕਰੀਅਰ ਡਿਵੈਲਪਮੈਂਟ ਦੇ ਰਿਲੇਟਡ ਕਲਾਸਾਂ ਲੱਗਦੀਆਂ, ਮਤਲਬ ਤੁਸੀਂ ਉਹ ਸਾਰਾ ਕਰੋ। ਉਹ ਸਾਡਾ ਵਰਕ ਤਾਂ ਮਤਲਬ ਉਹੀ ਆ, ਅਵੇਅਰਨੈਸ ਤੇ ਆ ਓਬਵੀਅਸਲੀ। ਮਤਲਬ ਕਾਫੀ ਸਟੂਡੈਂਟ ਖੁਸ਼ ਹੁੰਦੇ ਆ, ਤੇ ਕਿਉਂਕਿ ਉਹਨਾਂ ਨੂੰ ਪਤਾ ਹੀ ਨੀ ਹੁੰਦਾ ਕਿ ਇਹ ਚੀਜ਼ਾਂ ਇਹ ਸਾਡੀ ਇਹ ਸਾਰੀਆਂ ਸਾਨੂੰ ਹੈਲਪ ਹੋ ਸਕਦੀ ਹੈ ਇੱਥੋਂ। ਤੇ ਯਾ ਮਤਲਬ ਬੇਸਿਕਲੀ ਸਾਡਾ ਵਰਕ ਤਾਂ ਇਹੀ ਆ ਕਿ ਐਜ਼ ਅ ਬ੍ਰਿਜ ਕੰਮ ਕਰਦੇ ਆ। Yeah, I think on internet ਤੇ ਨਾਲ ਵੀ ਜੇ ਤੁਹਾਨੂੰ ਕੋਈ ਵੀ information ਚਾਹੀਦੀ ਹੈ ਤੁਸੀਂ ਉਹ ਆਪ information ਲੱਭੋ। And I think, you know, Jasprit Kaur, ਜਿਵੇਂ ਤੁਸੀਂ ਅੱਜ share ਕੀਤਾ, already ਇੰਨੇ pressure ਹੁੰਦੇ ਆ ਜੋ ਤੁਸੀਂ ਆਉਂਦੇ ਹੋ, ਹਨਾ, ਨਵੀਂ country ਦੇ ਵਿੱਚ rent, location secure ਕਰਨੀ, school ਦਾ ਸਾਰਾ ਕੁਛ ਸਿੱਖਣਾ, process ਕਿਵੇਂ ਹੈਗਾ ਆ। ਪਰ ਜੇ ਤੁਸੀਂ struggle ਕਰ ਰਹੇ ਹੋ ਤੇ ਤੁਸੀਂ ਉਹ ਚੀਜ਼ ignore ਕਰੀ ਜਾ ਰਹੇ ਹੋ, ਉਹ ਵਧੀ ਜਾਣੀ ਆ। ਜਿੰਨਾ ਚਿਰ ਤੁਸੀਂ ਉਹਨੂੰ address ਨਹੀਂ ਕਰਦੇ, ਉਹ ਤੁਹਾਨੂੰ help ਨਹੀਂ ਮਿਲ ਸਕਦੀ। ਇੱਕ ਹੋਰ ਗੱਲ ਜਿਹੜਾ ਮੈਂ ਤੇ ਜਸਮੀਤ ਨੇ, ਯੂ ਨੋ, ਥਰੂ ਸ਼ੇਅਰਿੰਗ ਕਾਲਜ, ਉਹਨਾਂ ਦੇ ਸਟਾਫ ਥਰੂ ਸੁਣਿਆ, ਜਿਹੜੇ ਸਟੂਡੈਂਟਸ ਨੂੰ ਸਪੋਰਟ ਦਿੰਦੇ ਆ, ਕਈ ਲੋਕ ਡਰਦੇ ਆ, ਉਹ ਕਹਿੰਦੇ, ਉਹ ਸੋਚਦੇ ਆ ਜੇ ਉਹ ਗੱਲ ਕਰਨਗੇ ਸਕੂਲ ਦੇ ਨਾਲ, ਟੀਚਰ ਦੇ ਨਾਲ, ਕਾਉਂਸਲਰਸ ਦੇ ਨਾਲ, ਕਿ ਉਹ ਸਾਰਿਆਂ ਨੂੰ ਦੱਸ ਦੇਣਗੇ ਕਿ ਉਹ ਸਟਰਗਲ ਕਰ ਰਹੇ ਆ। ਐਜ਼ ਅ ਹੈਲਥ ਕੇਅਰ ਪ੍ਰੋਫੈਸ਼ਨਲ ਅਸੀਂ ਰੀਇਨਫੋਰਸ ਕਰਨਾ ਚਾਹੁੰਦੇ ਹਾਂ, ਕੋਈ ਵੀ ਮੈਂਟਲ ਹੈਲਥ ਪ੍ਰੋਫੈਸ਼ਨਲ ਜਾਂ ਕਾਉਂਸਲਰ ਜਾਂ ਡਾਕਟਰ, ਜੇ ਤੁਸੀਂ ਉਹਨਾਂ ਕੋਲ ਜਾ ਕੇ ਆਪਦੀ ਕੋਈ ਵੀ ਇਸ਼ੂ ਨਾਲ ਗੱਲ ਕਰੋਂਗੇ, ਉਹ ਕੰਫੀਡੈਂਸ਼ੀਅਲ ਰੱਖਣਗੇ। ਐਂਡ ਇਹ ਕੌਨਫੀਡੈਂਸ਼ੀਅਲਿਟੀ ਕਈ ਵਾਰ ਆਪਾਂ ਇੰਨਾ ਸਮਝਦੇ ਨਹੀਂ ਹੈਗੇ, ਆਪਾਂ ਨੂੰ ਲੱਗਦਾ ਆਪਣੀ ਕਮਿਊਨਿਟੀ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਣਾ, ਸਾਰਿਆਂ ਨੇ ਸਾਰਿਆਂ ਨੂੰ ਦੱਸ ਦੇਣਾ। ਪਰ ਕੌਨਫੀਡੈਂਸ਼ੀਅਲਿਟੀ ਇਹ, ਯੂ ਨੋ, ਲੀਗਲੀ ਸਾਡੇ ਲਾਇਸੈਂਸ ਦੇ ਨਾਲ ਅਸੀਂ ਰਿਸਪੋਂਸੀਬਲ ਹੈਗੇ ਹਾਂ ਕਿ ਅਸੀਂ ਤੁਹਾਡੀ ਪ੍ਰਾਈਵੇਸੀ ਮੇਨਟੇਨ ਕਰੀਏ, ਤੁਹਾਡੀ ਟਰੱਸਟ ਨੂੰ ਮੇਨਟੇਨ ਕਰੀਏ। ਸੋ ਜੇ ਤੁਸੀਂ ਅੱਜ ਸੋਚ ਰਹੇ ਹੋ, ਕੋਈ ਵੀ ਤੁਹਾਨੂੰ ਹੈਜ਼ੀਟੇਸ਼ਨ ਹੈਗੀ ਆ, ਪਲੀਜ਼, ਯੂ ਨੋ, ਅੱਜ ਦਾ ਟਾਈਮ ਹੈਗਾ ਆ ਮਦਦ ਲੈਣ ਦਾ, ਤੇ ਉਹ ਚੀਜ਼ ਲਈ ਵੇਟ ਨਹੀਂ ਕਰਨੀ ਚਾਹੀਦੀ ਕਿ ਜਿੰਨਾ ਚਿਰ ਤੁਸੀਂ ਵੇਟ ਕਰੋਗੇ ਉਹ ਪ੍ਰੋਬਲਮ ਵਧੀ ਜਾਣੀ ਆ ਤੇ ਫਿਰ ਆਪਾਂ ਨੂੰ ਲੱਗਦਾ ਕਿ ਆਪਾਂ ਕਿੱਥੋਂ ਸ਼ੁਰੂ ਕਰਾਂਗੇ ਪ੍ਰੋਬਲਮ ਨੂੰ, ਕਿੱਥੋਂ ਆਪਾਂ ਸਟਾਰਟ ਕਰਾਂਗੇ ਉਹਦੇ ਸੋਲੂਸ਼ਨਸ ਲਈ। ਐਂਡ ਜਿੱਦਾਂ ਮਨੀ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਕਿ, ਯੂ ਨੋ, ਜੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਆ, ਤੁਸੀਂ ਕਿਸੇ ਦੇ ਨਾਲ ਗੱਲ ਕਰੋ, ਆਪਣੇ ਸਟਰਗਲਸ ਨੂੰ ਸ਼ੇਅਰ ਕਰੋ। ਪਰ ਕਮਿਊਨਿਟੀ ਲਈ ਸਾਡਾ ਇਹ ਵੀ ਮੈਸੇਜ ਆ ਕਿ ਜੇ ਇੰਟਰਨੈਸ਼ਨਲ ਸਟੂਡੈਂਟ ਹੋਵੇ ਜਾਂ ਤੁਹਾਡਾ ਕੋਈ ਆਪਦਾ ਰਿਲੇਟਿਵ, ਫਰੈਂਡ, ਨੇਬਰ, ਜੋ ਵੀ ਹੋਵੇ, ਉਹ ਤੁਹਾਡੇ ਨਾਲ ਆਪਣੀ ਕੋਈ ਸਟਰਗਲ ਸ਼ੇਅਰ ਕਰਦਾ ਆ, ਤੁਸੀਂ ਉਹਨਾਂ ਦੀ ਗੱਲ ਜਿਹੜੀ ਆ ਐਵੇਂ ਨਾ ਟਾਲ ਦਿਓ ਕਿ ਕੋਈ ਨੀ, ਠੀਕ ਹੋ ਜਾਣਾ ਸਭ ਕੁਛ, ਇੱਦਾਂ ਕੁਛ, ਹਨਾ। ਬਿਕਾਜ਼ ਸਮਟਾਈਮਸ ਅਸੀਂ ਜਦ ਲੋਕਾਂ ਨੂੰ ਦੱਸਦੇ ਹਾਂ ਕਿ ਕੁਛ ਨੀ ਹੁੰਦਾ, ਠੀਕ ਹੋ ਜਾਣਾ, ਅਸੀਂ ਉਹਨਾਂ ਦੀ ਜਿਹੜੀ ਗੱਲ ਆ ਉਸ ਵੇਲੇ ਬੰਦ ਕਰ ਦਿੰਦੇ ਆ, ਦਬਾ ਕੇ ਰੱਖ ਦਿੰਦੇ ਹਾਂ, ਤੇ ਫਿਰ ਜਿਹੜਾ ਅਗਲਾ ਬੰਦਾ ਆ ਉਹਨਾਂ ਨੂੰ ਹੋਰ ਮੁਸ਼ਕਿਲ ਹੁੰਦੀ ਆ ਕਿਸੇ ਹੋਰ ਦੇ ਨਾਲ ਆਪਣੀ ਗੱਲ ਸ਼ੇਅਰ ਕਰਨ ਲਈ, ਬਿਕਾਜ਼ ਉਹ ਕਹਿੰਦੇ ਆ, ਵੈਲ, ਕੋਈ ਮੇਰੀ ਗੱਲ ਸੁਣਦਾ ਤਾਂ ਹੈ ਨਹੀਂ। ਸੋ ਸਾਡਾ ਇਹ ਵੀ ਮੈਸੇਜ ਹੈ ਕਮਿਊਨਿਟੀ ਲਈ ਕਿ ਜੇ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਆ ਆਪਣੀ ਮਾਨਸਿਕ ਸਿਹਤ ਨੂੰ ਲੈ ਕੇ, ਤੁਸੀਂ ਪਿਆਰ ਦੇ ਨਾਲ, ਪੇਸ਼ੈਂਟਸ ਦੇ ਨਾਲ ਉਹਨਾਂ ਦੀ ਗੱਲ ਸੁਣੋ। ਇਹਦਾ ਇਹ ਮਤਲਬ ਨਹੀਂ ਹੈ ਕਿ ਸਾਰੇ ਜਿਹੜੇ ਜਵਾਬ ਹੈਗੇ ਆ ਤੁਹਾਡੇ ਕੋਲ ਉਸ ਵੇਲੇ ਹੋਣੇ ਚਾਹੀਦੇ ਆ। ਜੇ ਤੁਹਾਡੇ ਕੋਈ ਜਵਾਬ ਨਹੀਂ ਹੈਗਾ ਉਹਨਾਂ ਦੀ ਪ੍ਰੋਬਲਮ ਲਈ, ਕੋਈ ਸੋਲੂਸ਼ਨ ਨਹੀਂ ਹੈਗਾ, ਕੋਈ ਗੱਲ ਨਹੀਂ, ਸਿਰਫ ਆਪਣਾ, ਯੂ ਨੋ, ਆਪਣਾ ਸਹਾਰਾ ਉਹਨਾਂ ਨੂੰ ਦਿਓ, ਐਂਡ ਜਸ ਆਪਣਾ ਕੰਨ ਉਹਨਾਂ ਨੂੰ ਦਿਓ, ਉਹਨਾਂ ਦੀ ਗੱਲ ਤੁਸੀਂ ਸੁਣੋ। ਐਂਡ ਜੇ ਤੁਹਾਡੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਸਾਡੀ ਆਰਗਨਾਈਜੇਸ਼ਨ ਨੂੰ, ਡਿਫਰੈਂਟ, ਜਿੱਦਾਂ ਮਨੀਤ ਕਹਿ ਰਹੀ ਸੀਗੀ, ਜਸਪ੍ਰੀਤ ਸਿੰਘ ਕਹਿ ਰਹੇ ਸੀਗੇ, ਬਥੇਰੀਆਂ ਸਹੂਲਤਾਂ ਹੈਗੀਆਂ ਆ, ਉਹਨਾਂ ਦੇ ਨਾਲ ਵੀ ਅਸੀਂ, ਯੂ ਨੋ, ਰੀਚ ਆਊਟ ਕਰ ਸਕਦੇ ਹਾਂ। ਪਰ ਐਂਡ ਦੇ ਵਿੱਚ ਜਸਪ੍ਰੀਤ ਕੌਰ, ਤੁਹਾਡੇ ਕੋਈ ਮੈਸੇਜ ਹੈਗਾ ਆ ਸਾਡੇ ਵਿਊਅਰਸ ਲਈ, ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ? ਹਾਂਜੀ, ਇੱਕ ਪੁਆਇੰਟ ਹੈਗਾ ਜਿਹੜਾ ਬਹੁਤ ਜ਼ਿਆਦਾ ਬੱਚਿਆਂ ਨਾਲ ਹੁੰਦਾ ਪਿਆ, ਫਰੌਡ। ਤੇ ਉਹ ਫੋਨ ਕਰਦੇ ਆ ਮੈਨੂੰ, ਆਈ ਥਿੰਕ, ਮੈਨੂੰ ਪਤਾ ਨੀ ਬ੍ਰੈਂਪਟਨ ਇੱਧਰ ਵਾਲੀ ਸਾਈਡ ਕਿੰਨਾ ਹੁੰਦਾ ਪਿਆ, ਬਟ ਲੰਡਨ ਵੀ ਮੈਂ ਬਹੁਤ ਜ਼ਿਆਦਾ ਦੇਖਿਆ। ਤੇ ਹੁਣ ਵੀ ਰੀਸੈਂਟਲੀ, ਹੁਣ 2-3 ਦਿਨ ਪਹਿਲਾਂ, ਨਾਲ ਸਿੰਘ ਦੇ ਨਾਲ $8,200 ਦਾ ਫਰੌਡ ਹੋਇਆ। ਉਹ ਕਹਿੰਦੇ ਕਿ ਅਸੀਂ ਜਿਵੇਂ ਕੈਨੇਡੀਅਨ ਅੰਬੈਸੀ ਤੇ ਬੋਲਦੇ ਹਾਂ ਜਾਂ CRA ਤੇ ਬੋਲਦੇ ਹਾਂ ਕਿ ਤੁਹਾਡਾ ਬਲੌਕ ਕਰਤਾ, ਤੁਹਾਡੇ ਵਾਸਤੇ ਅਸੀਂ ਵਾਰੰਟ ਜਾਰੀ ਕਰਤਾ ਜਾਂ ਕੁਛ ਹੋਰ ਐਵੇਂ ਕਰਕੇ, ਤੇ ਤੁਹਾਡੇ ਪੈਸੇ ਸਾਰੇ ਕਢਵਾ ਲੈਂਦੇ ਨੇ। ਜਾਂ ਬੱਚਿਆਂ ਨੂੰ ਉਹ ਚੀਜ਼ ਦੀ ਅਵੇਅਰਨੈਸ ਨਹੀਂ ਹੈਗੀ, ਬੱਚਾ ਇੰਨਾ ਡਰ ਜਾਂਦਾ ਤੇ ਪੁਲਿਸ ਨੂੰ ਨਾ ਦੱਸੇ ਵਗੈਰ ਤੇ ਉਹ ਪੈਸੇ ਦੇ ਦਿੰਦੇ ਨੇ, ਤੇ ਉਧਰੋਂ ਬੈਂਕ ਵੀ ਕੁਛ ਨੀ ਕਰ ਸਕਦਾ ਹੈਗਾ। ਮੈਨੂੰ ਲੱਗਦਾ
ਸਾਨੂੰ ਫੈਸਿਲਿਟੀਜ਼ ਜ਼ਰੂਰ ਹੈਗੀਆਂ ਨੇ ਬਟ ਲੈਕ ਆਫ ਅਵੇਅਰਨੈਸ ਅਸੀਂ ਕਹਿ ਸਕਦੇ ਹਾਂ ਜਾਂ ਕੁਛ ਹੈ ਕਿ ਉਹਨਾਂ ਨੂੰ ਬੱਚਿਆਂ ਨੂੰ ਆਹ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਥੇ ਰੀਚ ਆਊਟ ਕਰੀਏ ਅਤੇ ਹੋਰ ਜਦੋਂ ਵੀ ਕੋਈ ਸਾਡੀ ਕਮਿਊਨਿਟੀ ਦਾ ਆਉਂਦਾ ਜਾਂ ਅਸੀਂ ਆਪਣਾ ਇੰਡੀਆ ਵੀ ਦੇਖ ਲਓ ਅਸੀਂ ਇੱਥੇ ਵੀ ਜਦੋਂ ਮੈਂ ਆਈ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਕਿ ਇੱਥੇ ਗੁਰਦੁਆਰਾ ਸਾਹਿਬ ਹੈਗਾ ਜੇ ਸਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਅਸੀਂ ਗੁਰਦੁਆਰਾ ਸਾਹਿਬ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਬਰੈਂਪਟਨ ਅਸੀਂ ਇੱਧਰ ਵਾਲੀ ਸਾਈਡ ਕਰੀਏ ਇੱਧਰ ਗੁਰਦੁਆਰਾ ਸਾਹਿਬ ਵੀ ਬਹੁਤ ਅਤੇ ਆਪਣੀ ਸਿੱਖ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੈ ਬਟ ਜਿਹੜੇ ਛੋਟੇ ਸ਼ਹਿਰ ਨੇ ਉਹਦੇ ਵਿੱਚ ਸਾਨੂੰ ਆਹ ਨਹੀਂ ਪਤਾ ਅਤੇ ਫੈਮਿਲੀਜ਼ ਵੀ ਬਹੁਤ ਹੁੰਦੀਆਂ ਨੇ ਬਟ ਉਹੀ ਹੈ ਸਾਡੇ ਕੋਲ ਇੱਕ ਔਰਗਨਾਈਜ਼ ਸਟਰਕਚਰ ਨਹੀਂ ਹੈਗਾ ਜਿੱਥੇ ਬੱਚਿਆਂ ਨੂੰ ਪਤਾ ਹੋਵੇ ਕਿ ਸਾਨੂੰ ਜੇ ਕੋਈ ਪ੍ਰੋਬਲਮਸ ਆਈਏ ਤਾਂ ਅਸੀਂ ਜਾਈਏ ਕਿੱਥੇ ਸੋ ਆਈ ਥਿੰਕ ਇਹ ਮੈਸੇਜ ਜਿਹੜਾ ਤੁਸੀਂ ਕਿਹਾ ਬਹੁਤ ਇੰਪੋਰਟੈਂਟ ਹੈਗਾ ਜਿਹੜੇ ਡਿਫਰੈਂਟ ਡਿਫਰੈਂਟ ਸਿਟੀਜ਼ ਹੈਗੇ ਆ ਜੇ ਤੁਸੀਂ ਸਮਾਲ ਸਿਟੀ ਹੈਗੇ ਹੋ ਅੱਜ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਪਲੀਜ਼ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਤਰ੍ਹਾਂ ਦਾ ਸਟਰਕਚਰ ਬਿਲਡ ਕਰੋ ਜਿੱਥੇ ਇਨਫੋਰਮੇਸ਼ਨ ਹੋ ਸਕਦੀ ਆ ਸ਼ਾਇਦ ਫੇਸਬੁੱਕ ਗਰੁੱਪ ਹੋ ਸਕਦੀ ਆ ਜਾਂ ਕਿਸੇ ਦਾ ਮੇਨ ਕੰਟੈਕਟ ਇਨਫੋਰਮੇਸ਼ਨ ਹੋ ਸਕਦਾ ਤੁਸੀਂ ਨੀਅਰਬਾਈ ਕਾਲਜ ਨੂੰ ਉਹ ਇਨਫੋਰਮੇਸ਼ਨ ਦੇ ਸਕਦੇ ਹੋ ਕਿ ਜੇ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਸਿੱਖ ਕਮਿਊਨਿਟੀ ਤੋਂ ਆ ਰਿਹਾ ਸਾਡਾ ਨੰਬਰ ਉਹਨਾਂ ਨੂੰ ਦਿਓ ਆਈ ਥਿੰਕ ਇਹ ਕਮਿਊਨਿਟੀ ਦੇ ਵੀ ਰਿਸਪੋਂਸੀਬਿਲਿਟੀ ਪੈਂਦੀ ਆ ਕਿ ਆਪਾਂ ਸਟੈਪ ਅਪ ਹੋ ਕੇ ਇੱਕ ਦੂਜੇ ਦਾ ਸਹਾਰਾ ਬਣੀਏ ਬਿਕਾਜ਼ ਇਹੀ ਆਪਣੀ ਸੇਵਾ ਹੈਗੀ ਆ ਜਸਪ੍ਰੀਤ ਸਿੰਘ ਤੁਹਾਡੇ ਕੋਈ ਲਾਸਟ ਮੈਸੇਜ ਹੈਗੇ ਆ ਈਦਰ ਟੂ ਇੰਟਰਨੈਸ਼ਨਲ ਸਟੂਡੈਂਟਸ ਜਾਂ ਆਪਣੀ ਕਮਿਊਨਿਟੀ ਲਈ ਕਿ ਆਪਾਂ ਇੱਕ ਦੂਜੇ ਦਾ ਸਹਾਰਾ ਕਿਵੇਂ ਬਣ ਸਕਦੇ ਆ ਯਾ ਮੈਂ ਦਰਅਸਲ ਪਹਿਲਾਂ ਮੈਂ ਇੱਕ ਹੋਰ ਪੁਆਇੰਟ ਮਿਸ ਕਰ ਗਿਆ ਸੀਗਾ ਨਿੱਕਾ ਜਿਹਾ ਪੁਆਇੰਟ ਹੈ ਕਿ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਕਿ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਪ੍ਰੋਬਲਮਸ ਹੁੰਦੀਆਂ ਆਹ ਅਕੈਡਮਿਕਲੀ ਹੁੰਦੀਆਂ ਪੜ੍ਹਾਈ ਦੇ ਨਾਲ ਰਿਲੇਟਡ ਹੁੰਦੀਆਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੁੰਦੀਆਂ ਇੱਕ ਹੋਰ ਚੀਜ਼ ਆ ਰਿਲੇਸ਼ਨਸ਼ਿਪ ਇਸ਼ੂਜ਼ ਆ ਚਾਹੇ ਉਹ ਬ੍ਰੇਕਅਪ ਇਸ਼ੂਜ਼ ਆ ਉਹ ਤਾਂ ਆਪਣੇ ਮਤਲਬ ਮੋਸਟਲੀ ਜਿਹੜੇ ਸਟੂਡੈਂਟ ਆਉਂਦੇ ਆ ਉਹ ਨੌਜਵਾਨੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਪਰ ਉਹਦੇ ਬਾਰੇ ਵੀ ਕੋਈ ਖੁੱਲ੍ਹ ਕੇ ਬੋਲਦਾ ਨਹੀਂ ਗਾ ਤੇ ਉਹ ਮਤਲਬ ਸਾਰੀਆਂ ਗੱਲਾਂ ਆਪਣੇ ਅੰਦਰ ਰੱਖੀਆਂ ਤੇ ਉਹਨਾਂ ਚੀਜ਼ਾਂ ਦਾ ਅਸਰ ਪੜ੍ਹਾਈ ਦੇ ਉੱਤੇ ਵੀ ਪੈਂਦਾ ਉਹਨਾਂ ਚੀਜ਼ਾਂ ਦਾ ਅਸਰ ਕੰਮ ਦੇ ਉੱਤੇ ਵੀ ਪੈਂਦਾ ਤੇ ਉਹਦੇ ਬਾਰੇ ਤਾਂ ਕੋਈ ਬਿਲਕੁਲ ਹੀ ਬੋਲ ਕੇ ਰਾਜ਼ੀ ਨਹੀਂ ਗਾ ਤੇ ਮਤਲਬ ਇਹ ਵੀ ਇੱਕ ਬਹੁਤ ਮੇਨ ਪੁਆਇੰਟ ਆ ਮੈਨੂੰ ਲੱਗਦਾ ਕਿ ਪੜ੍ਹਾਈ ਦੇ ਉੱਤੇ ਜਾਂ ਵਰਕ ਦੇ ਉੱਤੇ ਇਹ ਚੀਜ਼ਾਂ ਅਸਰ ਹੀ ਇਹ ਚੀਜ਼ਾਂ ਪਾਉਂਦੀਆਂ ਕਿਉਂਕਿ ਬੰਦੇ ਦੇ ਦਿਮਾਗ ਦੇ ਵਿੱਚ ਹਮੇਸ਼ਾ ਉਹੀ ਚੀਜ਼ ਘੁੰਮਦੀ ਰਹਿੰਦੀ ਹੈ ਕਿਉਂਕਿ ਬੰਦਾ ਆਪਣੀ ਫੈਮਿਲੀ ਤੋਂ ਦੂਰ ਹੁੰਦਾ ਉਹਨੇ ਕੋਈ ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਉਹਨੂੰ ਲੱਗਦਾ ਕਿ ਇੱਥੇ ਆਪਣਾ ਤੇ ਜਦੋਂ ਏਦਾਂ ਦੇ ਇਸ਼ੂਜ਼ ਹੁੰਦੇ ਆ ਮੈਨੂੰ ਲੱਗਦਾ ਮੈਂਟਲ ਪ੍ਰੋਬਲਮ ਡਿਪਰੈਸ਼ਨ ਆਹ ਸਟ੍ਰੈਸ ਦਾ ਇਹ ਬਹੁਤ ਵੱਡਾ ਕਾਰਨ ਆ ਤੇ ਉਹਦੇ ਵਿੱਚ ਵੀ ਹੁਣ ਮਤਲਬ ਅਵੇਅਰਨੈਸ ਦੀ ਹੀ ਲੋੜ ਆ ਕਿ ਜੇ ਤੁਹਾਨੂੰ ਕੋਈ ਏਦਾਂ ਦੀ ਪ੍ਰੋਬਲਮ ਲੱਗਦੀ ਆ ਉਹ ਤੁਹਾਡੇ ਨਾਲ ਆ ਕੇ ਗੱਲ ਕਰ ਸਕਦੇ ਆ ਕਿ ਸਾਨੂੰ ਮਤਲਬ ਦੱਸੋ ਅਸੀਂ ਕੀ ਕਰੀਏ ਸਾਡਾ ਦਿਮਾਗ ਨਹੀਂ ਚੱਲਦਾ ਸਾਨੂੰ ਸਮਝ ਨਹੀਂ ਲੱਗਦੀ ਕੀ ਕਰੀਏ ਹਨਾ ਪਰ ਉਹਨਾਂ ਨੂੰ ਵੀ ਉਹਨਾਂ ਤੱਕ ਰੀਚ ਆਊਟ ਕਰਨ ਦੀ ਲੋੜ ਆ ਕਿ ਤੁਹਾਡੇ ਜਾਂ ਤੁਹਾਡੇ ਆਸ ਪਾਸ ਜੇ ਕੋਈ ਏਦਾਂ ਦੀ ਪ੍ਰੋਬਲਮ ਹੁੰਦੀ ਆ ਤਾਂ ਤੁਸੀਂ ਗੱਲ ਕਰੋ ਐਟਲੀਸਟ ਟਾਕ ਹਨਾ ਤੇ ਜਿੱਦਾਂ ਕਹਿੰਦੇ ਹੁੰਦੇ ਆ ਗੱਲ ਕਰਨ ਨਾਲ ਅੱਧਾ ਦੁੱਖ ਘੱਟ ਜਾਂਦਾ ਰਹੇ ਮਤਲਬ ਮੇਨ ਉਹ ਚੀਜ਼ ਆ ਤੇ ਉਸ ਤੋਂ ਇਲਾਵਾ ਜਿਹੜੀ ਆਹ ਕਮਿਊਨਿਟੀ ਨੂੰ ਦਰਅਸਲ ਕਾਫ਼ੀ ਜ਼ਿਆਦਾ ਸਪੋਰਟਿਵ ਹੈਗੇ ਆ ਜਿਹਨਾਂ ਨੂੰ ਜਿੱਦਾਂ ਹੁਣ ਅਸੀਂ ਤਾਂ ਫੀਲਡ ਦੇ ਵਿੱਚ ਵਰਕ ਕਰਦੇ ਹਾਂ ਸਾਨੂੰ ਪਤਾ ਮਤਲਬ ਅਕਸਰ ਕੋਈ ਨਾ ਕੋਈ ਕਿਸੇ ਇੰਡੀਵਿਜੂਅਲ ਦਾ ਜਾਂ ਕਮਿਊਨਿਟੀ ਦੇ ਵਿੱਚੋਂ ਕਿਸੇ ਆਰਗੇਨਾਈਜੇਸ਼ਨ ਦਾ ਫੋਨ ਆਉਂਦਾ ਹੀ ਰਹਿੰਦਾ ਜਾਂ ਮੈਸੇਜ ਆਉਂਦੇ ਰਹਿੰਦੇ ਆ ਕਿ ਸਾਨੂੰ ਕੋਈ ਸੇਵਾ ਦਾ ਮੌਕਾ ਦਿਓ ਕੋਈ ਹੈਲਪ ਦੀ ਲੋੜ ਆ ਤਾਂ ਸਾਨੂੰ ਦੱਸਿਓ ਤੇ ਉਹ ਆਉਂਦੇ ਆ ਪਰ ਮੇਨ ਉਹੀ ਆ ਹੈਲਪ ਜਿਹਨਾਂ ਨੂੰ ਹੈਲਪ ਦੀ ਲੋੜ ਆ ਉਹ ਵੀ ਬਹੁਤ ਬੈਠੇ ਨੇ ਜਿਹੜੇ ਹੈਲਪ ਕਰਨ ਲਈ ਤਿਆਰ ਨੇ ਉਹ ਵੀ ਬਹੁਤ ਬੈਠੇ ਨੇ ਪਰ ਉਹਨਾਂ ਦੇ ਵਿਚਕਾਰ ਆਪਸੀ ਕਮਿਊਨੀਕੇਸ਼ਨ ਹੈਗੀ ਆ ਗੈਪ ਬਹੁਤ ਜ਼ਿਆਦਾ ਆ ਤੇ ਸਾਡੀ ਤਾਂ ਇਹੀ ਕੋਸ਼ਿਸ਼ ਆ ਕਿ ਅਸੀਂ ਉਸ ਗੈਪ ਨੂੰ ਬਿਲਡ ਅਪ ਕਰੀਏ ਤੇ ਉਹਦੇ ਨਾਲ ਹੀ ਆਪਾਂ ਆਪਣੀ ਕਮਿਊਨਿਟੀ ਨੂੰ ਸਾਰੀ ਨੂੰ ਸਟਰੋਂਗ ਕਰ ਸਕਦੇ ਹਾਂ ਕਿਉਂਕਿ ਅਸੀਂ ਜਿਹੜੇ ਹੁਣ ਨਵੇਂ ਆ ਰਹੇ ਆ ਉਹੀ ਫਿਊਚਰ ਨੇ ਹਨਾ ਤੇ ਆਪਾਂ ਆਹ ਫਿਊਚਰ ਬਿਲਡ ਅਪ ਕਰ ਰਹੇ ਹਾਂ ਕੈਨੇਡਾ ਦਾ ਤੇ ਰਲ ਮਿਲ ਕੇ ਹੀ ਆ ਸਾਰਾ ਕੁਛ ਇੱਕ ਦੂਜੇ ਨੂੰ ਆਪਾਂ ਸਪੋਰਟ ਕਰ ਸਕਦੇ ਬੇਸਿਕਲੀ ਇਹੀ ਸੀਗਾ ਮੈਨੂੰ ਲੱਗਦਾ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਤਕਰੀਬਨ ਹਰੇਕ ਸਿਟੀ 'ਚ ਹੁੰਦੇ ਨੇ ਉਹ ਇੱਕ ਬਹੁਤ ਵਧੀਆ ਸਟਰਕਚਰ ਬਣ ਸਕਦੇ ਆ ਸਾਡੇ ਵਾਸਤੇ ਕੋਈ ਪਰਟੀਕੁਲਰ ਅਸੀਂ ਡੇ ਰੱਖ ਸਕਦੇ ਹਾਂ ਕਿ ਆਪਣੀ ਕਮਿਊਨਿਟੀ ਵੀ ਜਿਹੜੇ ਮਤਲਬ ਆਪਣੇ ਡਰੱਗਸ ਵਾਸਤੇ ਲੱਗਦੇ ਜਾਂ ਫਿਰ ਉਹੀ ਆਪਣਾ ਜਿਹੜਾ ਆਪਣਾ ਆਪਣੇ ਜਿਹੜੀ ਜਨਰੇਸ਼ਨ ਅਸੀਂ ਉਹਨੂੰ ਪੋਜ਼ਿਟਿਵ ਅਸੀਂ ਉਹਨੂੰ ਬਹੁਤ ਪੋਜ਼ਿਟਿਵਲੀ ਚੈਨਲਾਈਜ਼ ਕਰ ਸਕਦੇ ਹਾਂ ਜਿਵੇਂ ਗੁਰਦੁਆਰਾ ਸਾਹਿਬ ਜੇ ਕੋਈ ਪਰਮਿਸ਼ਨ ਦੇ ਦੇਵੇ ਕਿ ਤੁਸੀਂ ਇੱਕ ਡੇ ਰੱਖ ਲਓ ਹਨਾ ਕੋਈ ਜਾਂ ਮਹੀਨੇ ਦੇ ਵਿੱਚ ਇੱਕ ਦਿਨ ਰੱਖ ਲਓ ਕਿ ਬੱਚੇ ਇਕੱਠੇ ਹੋ ਕੇ ਆਪਣੀਆਂ ਪ੍ਰੋਬਲਮਸ ਮਤਲਬ ਜਿਵੇਂ ਡਿਸਕਸ ਕਰ ਸਕਣ ਜਾਂ ਫਿਰ ਇਕੱਠੇ ਪਾਠ ਕਰ ਸਕਣ ਜਾਂ ਆਪਣੀਆਂ ਕੋਈ ਵੀ ਰੱਖ ਸਕਣ ਮੈਨੂੰ ਲੱਗਦਾ ਬਹੁਤ ਵਧੀਆ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਹੈਗੀਆਂ ਨੇ ਫੈਮਿਲੀਜ਼ ਬਹੁਤ ਵਧੀਆ ਨੇ ਬਟ ਉਹ ਹੀ ਹੈ ਇੱਕ ਸਾਡੇ ਕੋਲ ਔਰਗਨਾਈਜ਼ ਸਟਰਕਚਰ ਨਹੀਂ ਹੈਗਾ ਜਿੱਥੇ ਮਤਲਬ ਇਕੱਠੇ ਹੋ ਕੇ ਅਸੀਂ ਉਹ ਗੱਲ ਕਰ ਸਕੀਏ ਤੇ ਅਸੀਂ ਇੱਕ ਦੂਜੇ ਦੀ ਹੈਲਪ ਕਰ ਸਕੀਏ ਉਹੀ ਹੈ ਸਾਡੇ ਕੋਲ ਔਰਗਨਾਈਜ਼ ਸਟਰਕਚਰ ਨਹੀਂ ਹੈਗੇ
I think Jimmy to see even kya gurdwaraan de bare apa aj thoda ja lamba I think a conversation vadhiya chal rahi hai like four points apa share karna chahne ha jehde gurdware di tusi gal kiti I think very important hai gya and ovi assi aj de viewers de naal bring up karna chahne ha because soch de through vi assi pehla shuru kita siga ke assi mental health information gurdwaraan de vich pehla shuru kariye because sari sangat utthe hundi ha but I think it both hard hai gaya even jimme tusi kya you know main te Jasmeet donne do kudiyan naujawan kudiyan mental health padh ke assi jo gurdwaras nu approach kita mansik safety education den de naal sanu both resistance mili oh kende eh jagah nahi hegi education den di eh sirf paath karan di jagah hegi ya and I think eh soch both galat hegi ya even hun assi sun to sun rahe ha ke jadon koi vi person travel karda even assi vi jadon vi main kithe vi travel kardi ha ਮੈਨੂੰ ਪਹਿਲਾਂ ਹੁੰਦਾ ਕਿ ਆਹ ਸਿਟੀ ਦੇ ਵਿੱਚ ਗੁਰਦੁਆਰਾ ਕਿੱਥੇ ਆ ਆਪਣੀ ਕਮਿਊਨਿਟੀ ਕਿੱਥੇ ਹੈਗੀ ਆ ਹਨਾ ਤੇ ਉੱਥੇ ਆਪਾਂ ਸਾਰੇ ਇਕੱਠੇ ਹੁੰਦੇ ਆ ਸੋ ਜੇ ਅੱਜ ਦੇ ਐਪੀਸੋਡ ਦੇ ਵਿੱਚ ਕੋਈ ਵੀ ਪਰਸਨ ਗੁਰਦੁਆਰੇ ਦੇ ਵਿੱਚ ਇਨਵੋਲਵ ਹੈਗਾ ਆ ਸਾਨੂੰ ਕੋਈ ਵੀ ਇਨਵੋਲਵਮੈਂਟ ਹੈਗੀ ਆ ਜਿੰਨਾ ਚਿਰ ਆਪਣੀ ਕਮਿਊਨਿਟੀ ਉੱਥੋਂ ਨਹੀਂ ਚੇਂਜ ਹੁੰਦੀ ਤੁਸੀਂ ਇਹ ਕਮਿਊਨਿਟੀ ਵਰਕਸ਼ਾਪਸ ਨਹੀਂ ਅਲਾਓ ਕਰਦੇ ਆਪਣੀ ਕਮਿਊਨਿਟੀ ਸਫ਼ਰ ਕਰੋ ਬਿਕਾਜ਼ ਅਸੀਂ ਮੈਂਟਲ ਹੈਲਥ ਔਰਗਨਾਈਜੇਸ਼ਨਸ ਜਾਂ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨਸ ਜਿਹੜਾ ਵੀ ਅਸੀਂ ਕੰਮ ਕਰ ਰਹੇ ਹਾਂ ਆਫ ਕੋਰਸ ਅਸੀਂ ਗੁਰਦੁਆਰੇ ਤੋਂ ਬਾਹਰ ਬਹੁਤ ਜਗ੍ਹਾ ਲੱਭ ਸਕਦੇ ਹਾਂ ਪਰ ਆਪਾਂ ਕਿਉਂ ਲੱਭੀਏ ਕਿਉਂ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਮੈਂ ਤੇ ਜਸਮੀਤ ਨੇ ਯੂ ਨੋ 5 ਸਾਲ ਬ੍ਰੈਮਟਨ ਦੇ ਵਿੱਚ ਕੰਮ ਕੀਤਾ ਮੈਂਟਲ ਹੈਲਥ ਨਰਸਿਸ ਦੇ ਨਾਲ ਤੇ ਜਿਹੜਾ ਚਰਚਿਸ ਥਰੂ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਆ ਇੰਨੇ ਇੰਪ੍ਰੈਸਿਵ ਹੈਗੇ ਆ ਹੋਮਲੈਸਨੈਸ ਲਈ ਸੂਪ ਕਿਚਨ ਸ਼ੁਰੂ ਕੀਤੇ ਹੋਏ ਆ ਏਜੰਸੀਜ਼ ਸ਼ੁਰੂ ਕੀਤੀਆਂ ਹੋਈਆਂ ਤੁਸੀਂ ਆ ਕੇ ਰੈਜ਼ਮੇ ਬਿਲਡ ਕਰੋ ਜੋਬਸ ਲੱਭੋ ਉਹਨਾਂ ਦਾ ਚਰਚ ਯੈਸ ਤੁਸੀਂ ਉੱਥੇ ਆ ਕੇ ਪ੍ਰੇ ਕਰਦੇ ਹੋ ਯੂ ਨੋ ਗੋਡ ਨੂੰ ਯਾਦ ਕਰਦੇ ਹੋ ਉਹਨਾਂ ਦਾ ਜਿਵੇਂ ਪ੍ਰੈਕਟਿਸ ਹੈਗੀ ਆ ਪਰ ਉਹਨਾਂ ਨੇ ਜਿਹੜਾ ਆਪਦੇ ਧਰਮ ਦੇ ਵਿੱਚ ਸਿੱਖਿਆ ਹੋਇਆ ਉਹਨਾਂ ਨੇ ਕਮਿਊਨਿਟੀ ਹੱਬ ਬਣਾਇਆ ਹੋਇਆ ਕਿ ਤੁਸੀਂ ਆ ਕੇ ਜਿਹੜੇ ਵੀ ਤੁਹਾਡੇ ਸਟਰਗਲਸ ਹੈਗੇ ਆ ਆਪਾਂ ਇਕੱਠੇ ਹੋ ਕੇ ਸਪੇਸ ਬਣਾਈਏ ਐਂਡ ਜਿਵੇਂ ਜਸਪ੍ਰੀਤ ਕੌਰ ਤੁਸੀਂ ਅੱਜ ਸ਼ੇਅਰ ਕੀਤਾ ਯੂ ਨੋ ਇੱਕ ਦਿਨ ਮਹੀਨੇ ਦੇ ਵਿੱਚ ਆ ਕੇ ਓਪਨਲੀ ਗੱਲ ਕਰੋ ਆਪਾਂ ਸਾਰਿਆਂ ਤੋਂ ਅੱਜ ਸੁਣਿਆ ਗੱਲ ਕਰਨ ਦੇ ਵਿੱਚ ਕਿੰਨੀ ਪਾਵਰ ਹੈਗੀ ਆ ਤੁਸੀਂ ਅੱਧਾ ਦੁੱਖ ਤੁਹਾਡਾ ਚਲਾ ਜਾਂਦਾ ਗੱਲ ਕਰਕੇ ਪਰ ਜੇ ਆਪਾਂ ਉਹ ਸਪੇਸ ਨਹੀਂ ਬਣਾਵਾਂਗੇ ਉਹ ਗੱਲ ਕਿਵੇਂ ਹੋਊ ਸੋ ਆਈ ਹੋਪ ਯੂ ਨੋ ਜਿਹੜੇ ਵੀ ਅੱਜ ਕਨਵਰਸੇਸ਼ਨ ਸੁਣ ਰਹੇ ਆ ਪਲੀਜ਼ ਤੁਸੀਂ ਆਈ ਨੀ ਲਾਈਕ ਕਨਵਰਸੇਸ਼ਨ ਸੁਣ ਕੇ ਸੋਚਿਆ ਕਿ ਹਾਂ ਇਹ ਤਾਂ ਬਹੁਤ ਵਧੀਆ ਆਈਡੀਆ ਹੈਗਾ ਆ ਜੇ ਤੁਹਾਡੇ ਕੋਲ ਕਨੈਕਸ਼ਨ ਹੈਗੀ ਆ ਤੁਸੀਂ ਈਦਰ ਸੋਚ ਨੂੰ ਰੀਚ ਆਊਟ ਕਰੋ ਸਾਨੂੰ ਕਿਵੇਂ ਸਪੋਰਟ ਕਰ ਸਕਦੇ ਹੋ ਗੁਰਦੁਆਰੇ ਦੇ ਵਿੱਚ ਯੂ ਨੋ ਲੈ ਕੇ ਆਉਣ ਲਈ ਅਫਕੋਰਸ ਹੁਣੇ ਪੈਂਡੈਮਿਕ ਹੈਗੀ ਆ ਪਰ ਐਸ ਸੂਨ ਐਸ ਰਿਸਟ੍ਰਿਕਸ਼ਨ ਈਜ਼ ਆਫ ਹੁੰਦੇ ਆ ਆਪਾਂ ਇਹ ਕੰਮ ਕਿਵੇਂ ਕਰ ਸਕਦੇ ਹਾਂ ਈਵਨ ਯੂ ਨੋ ਇੰਟਰਨੈਸ਼ਨਲ ਸਟੂਡੈਂਟਸ ਲਈ ਆਪਾਂ ਕੀ ਅਵੇਅਰਨੈਸ ਕੀ ਔਰਗਨਾਈਜੇਸ਼ਨ ਸ਼ੁਰੂ ਕਰ ਸਕਦੇ ਹਾਂ ਬਿਕਾਜ਼ ਇਸ ਦੇ ਨਾਲ ਕਮਿਊਨਿਟੀ ਦਾ ਬਹੁਤ ਫਾਇਦਾ ਹੁੰਦਾ ਆ ਸੋ ਆਈ ਐਮ ਸੋ ਹੈਪੀ ਕਿ ਤੁਸੀਂ ਇੰਨੀ ਇੰਪੋਰਟੈਂਟ ਪੁਆਇੰਟਸ ਲੈ ਕੇ ਆਏ ਤੇ ਸਾਨੂੰ ਵੀ ਐਕਸਪੀਰੀਅੰਸ ਕਰਨ ਦਾ ਮੌਕਾ ਹੋਇਆ ਬਿਕਾਜ਼ ਅਸੀਂ ਬਹੁਤ ਕੋਸ਼ਿਸ਼ ਕੀਤੀ unfortunately sanu sirf odo inquiry aayi si gurdware vallon jadon community de vich suicide to death ho gayi si odo ohna ne sanu kiya ke ha sade community de vich death hoyi hai tusi aake hun sare nu mansik sehat bare dasso of course apa situation nu laake information de rahe ha oh vadhiya hega ya par je eh information sare nu pehla mili hundi ki pata oh person maybe hopefully alive hunda ohna nu help mil jandi cuz ਪ੍ਰੋਬਲਮ ਇਹ ਹੈਗੀ ਆ ਕਿ ਅਵੇਅਰਨੈਸ ਨਹੀਂ ਹੈਗੀ ਤੇ ਆਪਾਂ ਅਵੇਅਰਨੈਸ ਕਿਵੇਂ ਬਿਲਡ ਕਰ ਸਕਦੇ ਸੋ ਅੱਜ ਦੇ ਮੈਸੇਜ ਦੇ ਵਿੱਚ ਐਸੈਂਸ਼ਲੀ ਅਸੀਂ ਇਹੀ ਕਹਿ ਰਹੇ ਹਾਂ ਕਿ ਅਫਕੋਰਸ ਕਮਿਊਨਿਟੀ ਦੇ ਵਿੱਚ ਪ੍ਰੋਬਲਮਸ ਹੈਗੀਆਂ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਇੱਕ ਸਟਿਗਮਾ ਵੀ ਹੈਗਾ ਆ ਪਰ ਜੇ ਅਸੀਂ ਐਸੈਂਸ਼ਲੀ ਸਾਡੇ ਸਿੱਖ ਕਮਿਊਨਿਟੀ ਨੂੰ ਦੇਖੀਏ ਅਸੀਂ ਇੱਕ ਬਹੁਤ ਹੀ ਕਲੈਕਟਿਵ ਗਰੁੱਪ ਹੈਗੇ ਹਾਂ ਜਿੱਦਾਂ ਮਨੀਤ ਕਹਿ ਰਹੀ ਸੀਗੀ ਜਸਪ੍ਰੀਤ ਕੌਰ ਤੁਸੀਂ ਵੀ ਕਹਿ ਰਹੇ ਸੀ ਅਸੀਂ ਹਮੇਸ਼ਾ ਦੇਖਦੇ ਕਿ ਗੁਰਦੁਆਰਾ ਕਿੱਥੇ ਆ ਬਿਕਾਜ਼ ਸਾਨੂੰ ਪਤਾ ਆ ਕਿ ਐਟ ਦੀ ਐਂਡ ਆਫ ਦ ਡੇ ਜਿਹੜਾ ਗੁਰਦੁਆਰਾ ਆ ਸਾਡੀ ਕਮਿਊਨਿਟੀ ਹੈਗੀ ਆ ਉਹ ਸਾਡੇ ਲਈ ਸਪੋਰਟ ਲਈ ਹੈਗੀ ਆ ਸਾਨੂੰ ਸਹਾਰਾ ਦਊਗੀ ਸੋ ਸਾਨੂੰ ਖੁਦ ਨੂੰ ਯਾਦ ਦਿਲਾਉਣਾ ਪੈਣਾ ਹੈ ਕਿ ਅਸੀਂ ਸਿੱਖ ਹੈਗੇ ਹਾਂ ਅਸੀਂ ਪੰਜਾਬੀ ਹੈਗੇ ਹਾਂ ਐਂਡ ਯੂ ਨੋ ਸਾਡੇ ਹਿਸਟਰੀ ਦੇ ਵਿੱਚ ਹੈਗਾ ਆ ਲੋਕਾਂ ਦੀ ਮਦਦ ਕਰਨਾ ਆਪਣੀ ਕੌਮ ਦੀ ਮਦਦ ਕਰਨਾ ਐਂਡ ਇਸ ਵੇਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਾਡੀ ਬਹੁਤ ਸਪੋਰਟ ਚਾਹੀਦੀ ਆ ਆਪਣੀ ਮਾਨਸਿਕ ਸਿਹਤ ਨੂੰ ਲੈ ਕੇ ਯੂ ਨੋ ਇੱਕ ਨਵੀਂ ਕੰਟਰੀ ਦੇ ਵਿੱਚ ਐਡਜਸਟ ਕਰਨਾ ਐਂਡ ਜਿੱਦਾਂ ਮਨੀਤ ਕਹਿ ਰਹੀ ਸੀ ਜੇ ਤੁਹਾਡੇ ਕੋਈ ਵੀ ਆਈਡੀਆ ਹੈਗਾ ਆ ਕੋਈ ਵੀ ਕਨੈਕਸ਼ਨ ਹੈਗਾ ਆ ਇਹ ਕਨਵਰਸੇਸ਼ਨ ਨੂੰ ਅੱਗੇ ਲੈ ਕੇ ਜਾਣ ਲਈ ਇਹ ਸਪੋਰਟ ਨੂੰ ਅੱਗੇ ਲੈ ਕੇ ਜਾਣ ਲਈ ਤੁਸੀਂ ਪਲੀਜ਼ ਯੂ ਨੋ ਹਿਚਕਿਚਾਓ ਨਾ ਬਹੁਤ ਸਾਰੇ ਰਿਸੋਰਸਿਸ ਹੈਗੇ ਆ ਅਸੀਂ ਇਕੱਠੇ ਹੋ ਕੇ
ਸਾਡੀ ਸਾਰਿਆਂ ਦੀ ਮਦਦ ਕਰ ਸਕਦੇ ਹਾਂ ਸੋ ਜਸਪ੍ਰੀਤ ਕੌਰ ਜਸਪ੍ਰੀਤ ਸਿੰਘ ਤੁਹਾਡਾ ਬਹੁਤ ਥੈਂਕ ਯੂ ਕਿ ਤੁਸੀਂ ਅੱਜ ਇੱਥੇ ਆਏ ਅਫਕੋਰਸ ਅੱਜ ਦੀ ਗੱਲ ਬਹੁਤ ਹੀ ਯੂ ਨੋ ਛੋਟੀ ਸੀਗੀ ਇਟ ਵਾਸ ਰੀਅਲੀ ਸ਼ੋਰਟ ਬਟ ਜਿਹੜੀ ਤੁਸੀਂ ਇਨਸਾਈਟ ਸਾਨੂੰ ਦਿੱਤੀਆਂ ਅੱਗੇ ਜਾ ਕੇ ਅਸੀਂ ਇਹਦੇ ਤੇ ਬੈਠ ਕੇ ਇਕੱਲੇ ਕਮਿਊਨਿਟੀ ਦੇ ਨਾਲ ਰਿਫਲੈਕਟ ਕਰ ਸਕਦੇ ਹਾਂ ਤੇ ਸੋਚ ਸਕਦੇ ਹਾਂ ਕਿ ਕਿਸ ਤਰੀਕਿਆਂ ਦੇ ਨਾਲ ਅਸੀਂ ਆਪਣੀ ਸੋਚ ਮਾਨਸਿਕ ਸਿਹਤ ਬਾਰੇ ਬਦਲ ਸਕਦੇ ਹਾਂ So thank you very much, Swarda, and Vaheguru Ji Ka Khalsa, Vaheguru Ji Ki Fateh.